ਹੈਲੋ ਸਟੂਡੈਂਟਸ ਮਾਈਸੈਲਫ ਹਿੱਤ ਅਬਿਲਾਸ਼ੀ ਸ਼ਰਮਾ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਾਣਕਾਰੀ ਹਿੱਤ ਚੈਨਲ ਤੇ ਫੰਡਮੈਂਟਲਸ ਆਫ ਈ-ਬਿਜ਼ਨਸ ਪਲੱਸ 2 ਕਾਮਰਸ ਦਾ ਇੱਕ ਬੜਾ ਇੰਪੋਰਟੈਂਟ ਸਬਜੈਕਟ ਜਿਸ ਦੇ ਵਿੱਚ ਜਰਨਲੀ ਕਈ ਵਾਰੀ ਐਬ੍ਰੀਵੀਏਸ਼ਨ ਜੋ ਵਰਡਸ ਨੇ ਜਿਨ੍ਹਾਂ ਨੂੰ ਸੰਖੇਪ ਸ਼ਬਦ ਕਹਿੰਦੇ ਨੇ ਉਹਨਾਂ ਨਾਲ ਰਿਲੇਟਡ ਐਗਜ਼ਾਮ ਦੇ ਵਿੱਚ ਕੁਐਸਚਨਸ ਵੀ ਆਉਂਦੇ ਨੇ ਤੇ ਬੱਚਾ ਨੂੰ ਪ੍ਰੋਬਲਮ ਦਾ ਵੀ ਸਾਹਮਣਾ ਕਰਨਾ ਪੈਂਦਾ ਆਓ ਉਸ ਕਨਸੈਪਟ ਨੂੰ ਅਜ਼ ਕਲੀਅਰ ਕਰੀਏ ਅਸ ਦੀ ਵੀਡੀਓ ਦੇ ਵਿੱਚ ਲੈਟਸ ਮੂਵ ਹੈਡ ਓਨ ਟੂ ਡਿਸਕਸ ਆਲ ਥੀਸ ਕੰਟੈਂਟਸ abbreviation ਸੰਖੇਪ ਸ਼ਬਦ ਵਾਕਾਂਸ਼ a short form of word or phrase ਇਸ ਦੇ ਨਾਲ ਅਸ ਥਿਸ ਵੀਡੀਓ ਦੇ ਵਿੱਚ ਅਸੀਂ ਗੱਲ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਨਵਾਂ ਐਬ੍ਰੀਵੀਏਸ਼ਨ ਸਾਡੇ ਹੀ ਸਬਜੈਕਟ ਤੋਂ ਫੰਡamentals ਆਫ ਈ ਬਿਜ਼ਨਸ ਆਪਾਂ ਨਵਾਂ ਐਬ੍ਰੀਵੀਏਸ਼ਨ ਬਣਾ ਲੈਨੇ दैट इज F E B F ਤੋਂ ਫੰਡamentals E ਤੋਂ electronics b to business fundamentals of e business e کاروبار ਦੇ ਬੁਨਿਆਦੀ ਸਿਧਾਂਤ ਇਸ ਸਬਜੈਕਟ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਐਬ੍ਰਿਵੀਏਟਡ ਵਰਡ ਹੈ ਇਹ ਅੱਗੇ ਵਧੀਏ ਕੁਝ ਨਵੇਂ ਕੰਟੈਂਟ ਸਭ ਤੋਂ ਪਹਿਲਾਂ ਟਾਪਿਕ ਜਿਹੜਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਅਸ ਦਾ ਵਰਡ ਉਹ ਹੈ ਆਈਟੀ ਇਨਫਰਮੇਸ਼ਨ ਟੈਕਨੋਲੋਜੀ ਸੂਚਨਾ ਤਕਨਿਕ ਜਿਸ ਨੂੰ ਕਹਿੰਦੇ ਨੇ ਸਟੂਡੈਂਟਸ ਇੱਕ ਗੱਲ ਦੱਸਾਂ ਜਦੋਂ ਚਾਹੇ ਪੰਜਾਬੀ మీడియం ਹੈ ਕੋਸ਼ਿਸ਼ ਕਰੋ ਅਸੀਂ ਜੋ ਅਲਫਾਬੈਟਸ ਨੇ ਉਸ ਦੇ ਅਕੋਰਡਿੰਗਲੀ ਹੀ ਇਨਫੋਰਮੇਸ਼ਨ ਟੈਕਨੋਲੋਜੀ ਜਿਵੇਂ ਸ਼ਬਦ ਹੈ ਆਈਟੀ ਤੋਂ ਬਣਿਆ ਹੈ ਤਾਂ ਆਈਟੀ ਨੂੰ ਸੂਚਨਾ ਤਕਨੀਕ ਲਿਖਣ ਦੀ ਥਾਂ ਤੇ ਬੈਟਰ ਹੈ ਵਾਟਐਵਰ ਯੂਰ ਮੀਡੀਅਮ ਇਜ਼ ਇਨਫੋਰਮੇਸ਼ਨ ਟੈਕਨੋਲੋਜੀ ਲਿਖਿਆ ਜਾਵੇ ਉਹ ਬੈਟਰ ਲੱਗਦਾ ਹੈ ਕਿਉਂਕਿ ਉਹ ਐਬ੍ਰੀਵੇਟਡ ਰੂਪ ਕਲੀਅਰਲੀ ਦਿਖੇਗਾ ਵੀ ਆਈ ਤੋਂ ਇਨਫੋਰਮੇਸ਼ਨ ਟੀ ਤੋਂ ਟੈਕਨੋਲੋਜੀ ਸਾਰਿਆਂ ਨੂੰ ਪਤਾ ਹੈ ਇਨਫੋਰਮੇਸ਼ਨ ਟੈਕਨੋਲੋਜੀ ਕੀ ਚੀਜ਼ ਹੈ ਇਟ ਡੀਲਸ ਵਿਦ ਅ ਕਲੈਕਸ਼ਨ ਸਟੋਰੇਜ ਪ੍ਰੋਸੈਸਿੰਗ ਐਕਸਚੇਂਜਿੰਗ ਇਨਫੋਰਮੇਸ਼ਨ ਥਰੂ ਕੰਪਿਊਟਰਸ ਕੰਪਿਊਟਰ ਦੇ ਦੁਆਰਾ ਕਿਸੇ ਵੀ ਟਾਈਪ ਦੀ ਸੂਚਨਾ ਨੂੰ ਕਲੈਕਟ ਕਰਨਾ, ਸਟੋਰ ਕਰਨਾ, ਪ੍ਰੋਸੈਸ ਕਰਨਾ, ਐਕਸਚੇਂਜ ਕਰਨਾ ਜਿਸ ਨੂੰ ਵੀ ਜ਼ਰੂਰਤ ਹੈ। ਇਸ ਢੰਗ ਦੇ ਨਾਲ ਇਨਫੋਰਮੇਸ਼ਨ ਟੈਕਨੋਲੋਜੀ ਦਾ ਜਿਹੜਾ ਯੂਜ਼ ਹੈ ਲਗਾਤਾਰ ਅਸ ਦੀ ਟਾਈਮ ਦੇ ਵਿੱਚ ਇਨਫੋਰਮੇਸ਼ਨ ਨੂੰ ਟਰਾਂਸਫਰ ਕਰਨ ਦੇ ਲਈ ਹੁੰਦਾ ਜਾ ਰਿਹਾ ਹੈ। ਆਈਟੀ ਜਿਹੜੇ ਕੰਪਿਊਟਰ ਦੇ ਨਾਲ ਅਸੀਂ ਡਾਟਾ ਨੂੰ ਸਟੋਰ ਕਰਕੇ ਉਹਦੀ ਪ੍ਰੋਸੈਸਿੰਗ ਕਰਕੇ ਉਹਦਾ ਐਕਸਚੇਂਜ ਕਰਦੇ ਇਨਫੋਰਮੇਸ਼ਨ ਦਾ ਜਿਸ ਨੂੰ ਵੀ ਉਹਦੀ ਜ਼ਰੂਰਤ ਹੈ ਉਥੇ ਤੱਕ ਇਨਫੋਰਮੇਸ਼ਨ ਜਾਂਦੀ ਹੈ। ਕਲੀਅਰ? ਉਸ ਤੋਂ ਬਾਅਦ ਨੈਕਸਟ ਐਬਰੀ ਬਰਡ ਬਰਡ ਹੈ दैट इज ਡੀਟੀਪੀ ਡੈਸਕਟਾਪ ਪਬਲਿਸ਼ਿੰਗ ਡੈਸਕਟਾਪ ਪਬਲਿਸ਼ਿੰਗ ਜਿਸ ਨੂੰ ਡੀਟੀਪੀ ਕਹ ਰਹੇ ਹਾਂ ਮੈਂ ਡੈਸਕਟਾਪ ਡੈਸਕਟਾਪ ਪਬਲਿਸ਼ਿੰਗ ਇਜ਼ ਦਾ ਕ੍ਰੀਏਸ਼ਨ ਆਫ ਡਾਕੂਮੈਂਟਸ ਯੂজিং ਪੇਜ ਲੇਆਉਟ ਸੌਫਟਵੇਅਰ ਓਨ ਅ ਪਰਸਨਲ ਕੰਪਿਊਟਰ ਜੋ ਡੀਟੀਪੀ ਹੈ ਇੱਕ ਨਿਜੀ ਕੰਪਿਊਟਰ ਦੇ ਉੱਤੇ ਪੇਜ ਦਾ ਲੇਆਉਟ ਤਿਆਰ ਕਰਨ ਦੇ ਲਈ ਸਾਫਟਵੇਅਰ ਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ ਫਿਰ ਉਹਨਾਂ ਦੇ ਨਾਲ ਡੀਟੀਪੀ ਦੇ ਦੁਆਰਾ ਅਸੀਂ ਡਿਫਰੈਂਟ ਟਾਈਪ ਦੇ ਡਾਕੂਮੈਂਟਸ ਕ੍ਰੀਏਟ ਕਰ ਸਕਦੇ ਹਾਂ ਜਿਸ ਨੂੰ ਅਸੀਂ ਡੀਟੀਪੀ ਕਹਿੰਦੇ ਆ ਡੈਸਕਟਾਪ ਪਬਲਿਸ਼ਿੰਗ ਸਭ ਤੋਂ ਜਿਹੜੇ ਮੋਸਟ ਪਪੂਲਰ ਡੈਸਕਟਾਪ ਪਬਲਿਸ਼ਿੰਗ ਪੈਕੇजेस ਨੇ ਜਿਹੜੇ ਅੱਜ ਅਵੇਲੇਬਲ ਨੇ ਸੌਫਟਵੇਅਰਸ ਐਡਾਬ ਪੇਜਮੇਕਰ ਐਡਾਬ ਇਨ ਡਿਜ਼ਾਈਨ ਇਸ ਤੋਂ ਇਲਾਵਾ ਕਿਉਰਿਕ ਐਕਸਪ੍ਰੈਸ Adobe FrameMaker, Coral Venture, is are a different type of called cool softwares, ne, which can help you do that to publish any particular document. Of course. no no one program has all the tools to meet every publisher's need jede publishers jadon different type de page da layout taiyar karke publish karde ne koi ik software ton sariyan zaruratan puriyan hon jana eh vi koi zaruri nahi hai esi dtp desktop publishing is to baad agla jada abbreviated word hai that is ict ict information and communication technology जानकारी संचार टेक्नोलॉजी आईसी टी की जी फुल है ध्यान इंफोर्मे आई एंड कम्यूनीकेशन सी टेक्नोलॉजी टी तो आईसी टी नेक्स्ट एवरीविच वर्ड है इस तुम्सट तो है कैड सी ए डी कैड कंप्यूटर एड डिजाइन कंप्यूटर एड डिजाइन की है कंप्यूटर एड डिजाइन ਜਿਸ ਨੂੰ CE CAD ਦੇ ਨਾਲ ਅਸੀਂ ਐਬ੍ਰਿਵੀਏਟ ਕਰਦੇ ਆ ਇਸ ਅ ਯੂਜ਼ ਆਫ ਕੰਪਿਊਟਰਸ অর ਵਰਕ ਸਟੇਸ਼ਨਸ ਟੂ ਹੈਲਪ ਇਨ ਦਾ ਕ੍ਰੀਏਸ਼ਨ ਮੋਡੀਫਿਕੇਸ਼ਨ ਐਨਾਲਾਈਸਿਸ অর ਆਪਟੀਮਾਈਜੇਸ਼ਨ ਆਫ ਡਿਜ਼ਾਈਨ ਅਸ ਡਿਫਰੈਂਟ ਟਾਈਪ ਦੇ ਜਿਹੜੇ ਡਿਜ਼ਾਈਨ ਦੀ ਆਪਟੀਮਾਈਜੇਸ਼ਨ ਉਹਦਾ ਫਾਰਮੈਟ ਤਿਆਰ ਕਰਨ ਦੇ ਵਿੱਚ ਜੋ CAD ਹੈ CAD ਕੰਪਿਊਟਰ ਅided ਡਿਜ਼ਾਈਨ ਕੰਪਿਊਟਰ ਦੀ ਵਰਤੋਂ ਕਰਕੇ ਡਿਫਰੈਂਟ ਟਾਈਪ ਦੇ ਡਿਜ਼ਾਈਨਸ ਨੂੰ ਕ੍ਰੀਏਟ ਕੀਤਾ ਜਾਂਦਾ ਹੈ ਮੋਡੀਫਾਈ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਐਨਲਾਈਜ਼ ਕੀਤਾ ਜਾ ਸਕਦਾ ਹੈ ਥੈਟ ਇਜ਼ ਸਕੈਡ ਸੀਏਡੀ ਕੰਪਿਊਟਰ ਐਡਡ ਡਿਜ਼ਾਈਨ ਐਂਡ ਨੈਕਸਟ ਵਨ ਸਟੂਡੈਂਟਸ ਕੈਡ ਤੋਂ ਬਾਅਦ ਜੋ ਸਾਡੇ ਕੋਲ ਐਬ੍ਰੀਵੀਏਟਿਡ ਵਰਡ ਹੈ ਉਹ ਹੈ ਐਮ ਆਈ ਡੀ ਆਈ ਐਮ ਆਈ ਡੀ ਆਈ ਮਿਡੀਜਸ ਨੂੰ ਬੋਲ ਸਕਦੇ ਆਂ ਇਹਦੀ ਫੁੱਲ ਫਾਰਮ ਕੀ ਹੈ ਫੁੱਲ ਫਾਰਮ ਆਫ MIDI 뮤지컬 ਇਨਸਟਰੂਮੈਂਟ ਡਿਜੀਟਲ ਇੰਟਰਫੇਸ 뮤지컬 ਇਨਸਟਰੂਮੈਂਟ ਡਿਜੀਟਲ ਇੰਟਰਫੇਸ ਪੰਜਾਬੀ ਜਰੂਰ ਅਸੀਂ ਇਹਨੂੰ ਸੰਗੀਤ ਯੰਤਰ ਡਿਜੀਟਲ ਇੰਟਰਫੇਸ ਕਹਿ ਸਕਦੇ ਹਾਂ ਮੈਂ ਬਾਰ ਬਾਰ ਕਹ ਰਿਹਾ ਅਸੀਂ ਇਹਨੂੰ ਐਗਜ਼ਾਮ ਦੇ ਵਿੱਚ ਚਾਹੇ ਵਾਟ ਐਵਰ ਯੂਅਰ ਮੀਡੀਅਮ ਇਜ਼ ਪੰਜਾਬੀ ਹੈ ਜਾਂ ਹਿੰਦੀ ਅਸੀਂ 뮤지컬 ਇਨਸਟਰੂਮੈਂਟ ਡਿਜੀਟਲ ਇੰਟਰਫੇਸ ਹੀ ਲਿਖੀਏ ਉਹ ਬੈਟਰ ਵੀ ਲੱਗਦਾ ਹੈ ਤੇ ਹੌਲੀ ਹੌਲੀ ਸਾਡੀ ਜਿਹੜੀ ਡਿਫਰੈਂਟ ਏ ਮੇਨ ਕੰਟੈਂਟਸ ਨੇ ਉਹਨਾਂ ਵਰਡਸ ਦੇ ਉੱਤੇ ਸਾਡਾ ਕੰਟਰੋਲ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਆਈਟੀ ਦੀ ਗੱਲ ਕਰ ਰਹੇ ਹਾਂ ਜਦੋਂ ਅਸੀਂ ਕਾਮਰਸ ਦੀ ਗੱਲ ਕਰ ਰਹੇ ਹਾਂ ਆਨਵਲ ਟਾਈਮ ਦੇ ਵਿੱਚ ਜੋ ਇੰਗਲਿਸ਼ ਦੀ ਟਰਮਨੋਲੋਜੀ ਹੈ ਤੁਹਾਡੇ ਲਈ ਬੜੀ ਫਾਇਦੇਮੰਦ ਹੋਣ ਵਾਲੀ ਹੈ ਮਿਡੀ 뮤지컬 ਇਨਸਟਰੂਮੈਂਟ ਡਿਜੀਟਲ ਇੰਟਰਫੇਸ ਇਹ ਤੁਹਾਡੇ ਸਾਹਮਣੇ ਇਹ ਡਿਫਰੈਂਟ ਟਾਈਪ ਦੇ ਜਿਹੜੇ 뮤지컬 ਇਨਸਟਰੂਮੈਂਟ ਡਿਜੀਟਲ ਇੰਟਰਫੇਸ ਹੁੰਦੇ ਨੇ ਉਹਨਾਂ ਦੇ ਵਿੱਚੋਂ ਇਹ نیچے ਤੁਹਾਡੇ ਸਾਹਮਣੇ ਉਹਦੀ ਫਾਰਮੈਟ ਉਹਦੇ ਰੂਪ ਵੀ ਦਿਖਾਇਆ ਗਿਆ ਹੈ ਏ ਹੈ ਤੁਹਾਡੇ ਸਾਹਮਣੇ ਮਿਡੀ ਕਲੀਅਰ ਸਟੂਡੈਂਟਸ ਕੰਟੈਂਟ ਦੇ ਵਾਰੀ ਡੀਟੇਲ ਦੇ ਵੀ ਜਾਣਕਾਰੀ ਜਦੋਂ ਡਿਫਰੈਂਟ ਟਾਪਿਕ ਦੇ ਉਸੇ ਸੇ ਡਿਸਕਸ ਕਰਦੇ ਆ ਉਹਨਾਂ ਵੀਡੀਓਜ਼ ਦੇ ਵਿੱਚ ਕਲੈਰੀਫਾਈ ਕੀਤਾ ਗਿਆ ਮੇਰੇ ਚੈਨਲ ਤੇ ਫਿਲਹਾਲ ਅਸੀਂ ਇਥੇ ਐਬ੍ਰਿਵिएटेड ਵਰਡ ਤੇ ਲਿਟਰਲ ਵਰਡ ਜਿਹੜੀ ਇੰਟਰੋ ਹੈ ਇਹਨਾਂ ਕੰਟੈਂਟਸ ਦੇ ਰਿਗਾਰਡਿੰਗ ਕਰਦੇ ਇਸ ਤੋਂ ਬਾਅਦ ਹੈ ਏਟੀਐਮ ਹੱਸੇ ਹੋਗੇ ਸਾਰੇ ਬੱਚੇ ਨੂੰ ਆਂਦਾ ਹੈ ਯੈਸ ਏਟੀਐਮ ਇੰਟਰੋਗੇਸ਼ਨ ਲਗਾਉਣ ਦੀ ਜ਼ਰੂਰਤ ਨਹੀਂ ਸੀ ਏਟੀਐਮ ਆਟੋ ਮੈਥਡ ਟੈਨਰ ਮਸ਼ੀਨ ਆਟੋਮੈਟਰ ਟੈਲਰ ਮਸ਼ੀਨ ਯਾਦ ਆ ਰਿਹਾ ਹੋਗਾ ਈਟੀਐਮ ਹਰ ਬੈਂਕ ਦੇ ਅੱਗੇ ਹਰ ਬੈਂਕ ਦੀ ਬ੍ਰਾਂਚ ਦੇ ਵਿੱਚ ਬਾਹਰ ਸ਼ਹਿਰ ਦੇ ਹਰ ਕੋਨਿਆਂ ਤੇ ਅਜ ਪਿੰਡਾਂ ਦੇ ਵਿੱਚ ਵੀ ਏਟੀਐਮ ਲੱਗਿਆ ਹੋਈਆਂ ਨੇ ਆਟੋਮੈਟਰ ਟੈਲਰ ਮਸ਼ੀਨਜ਼ ਲੱਗਿਆ ਨੇ ਇਹ ਤੁਹਾਡੇ ਸਾਹਮਣੇ ਉਹਦਾ ਰੂਪ ਹੈ ਏਟੀਐਮ ਦਾ ਤੁਹਾਡੇ ਸਾਹਮਣੇ ਡਿਫਰੈਂਟ ਬੈਂਕਸ ਦੇ ਵਿੱਚ ਨੋਟ ਨੂੰ ਕਢਵਾਉਣ ਦੇ ਲਈ ਡੈਬਿਟ ਕਾਰਡ ਯੂਜ਼ ਕੀਤੇ ਜਾਂਦੇ ਸੀ ਅੱਜ ਏਟੀਐਮ ਮਸ਼ੀਨਜ਼ ਹਰ ਡਿਫਰੈਂਟ ਟਾਈਪ ਦੇ ਜਿਹੜੇ ਬੈਂਕਿੰਗ ਦੇ ਫੰਕਸ਼ਨਸ ਨੇ ਔਨਲਾਈਨ ਬੈਂਕਿੰਗ ਦੇ ई बैंकिंग ਦੇ concept ਨੂੰ ਪੂਰਾ ਕਰਨ ਦੇ ਵਿੱਚ ਆਟੋਮੈਟਿਕ ਟਾਈਲਰ ਮਸ਼ੀਨ ਪਲੇਇੰਗ ਵੈਰੀ ਇੰਪੋਰਟੈਂਟ ਰੋਲ ATM ਫੁੱਲ ਫਾਰਮ ਇਜ਼ ਆਟੋਮੈਟਿਕ ਟਾਈਲਰ ਮਸ਼ੀਨ ਨੈਕਸਟ ਵਨ ਇਜ਼ PC ਬੜਾ ਇਜ਼ੀ concept ਸਾਰੇ ਬੱਚਿਆਂ ਨੂੰ ਆਉਂਦਾ ਹੈ ਫੁੱਲ ਫਾਰਮ ਆਫ PC ਪਰਸਨਲ ਕੰਪਿਊਟਰ ਇਹ ਤੁਹਾਡਾ ਆਪਣਾ ਹੀ ਪਰਸਨਲ ਕੰਪਿਊਟਰ PC ਪਰਸਨਲ ਕੰਪਿਊਟਰ ਵਿਅਕਤੀਗਤ ਕੰਪਿਊਟਰ ਜਿਸ ਨੂੰ ਨਾਮ ਦਿੰਦੇ ਆ AC ਸਾਡਾ ਨੈਕਸਟ ਐਬ੍ਰੀਵੇਟਿਡ ਵਰਡ ਇਸ ਤੋਂ ਬਾਅਦ ਹੈ ਡਿਫਰੈਂਟ ਟਾਈਪ ਦੇ ਤਿੰਨ ਬੜੇ ਇੰਪੋਰਟੈਂਟ ਟੈਕਨੀਕਲੀ ਬੜੇ ਇੰਪੋਰਟੈਂਟ ਨੇ ਆਈਟੀਏਏ ਆਈਟੀਏਏ ਇਨਫੋਰਮੇਸ਼ਨ ਟੈਕਨੋਲੋਜੀ ਐਸੋਸੀਏਸ਼ਨ ਆਫ ਅਮਰੀਕਾ ਅਮਰੀਕਾ ਦੀ ਇੱਕ ਇਨਫੋਰਮੇਸ਼ਨ ਟੈਕਨੋਲੋਜੀ ਐਸੋਸੀਏਸ਼ਨ ਹੈ ਉਸਦਾ ਨਾਮ ਹੈ ਜਿਸਦਾ ਐਬ੍ਰਿਵੀਏਟਡ ਵਰਡ ਰੂਪ ਹੈ ਜਿਹੜਾ ਆਈਟੀਏਏ ਦੇ ਨਾਮ ਨਾਲ ਜਾਣਿਆ ਜਾਂਦਾ ਇਨਫੋਰਮੇਸ਼ਨ ਟੈਕਨੋਲੋਜੀ ਐਸੋਸੀਏਸ਼ਨ ਆਫ ਅਮਰੀਕਾ CPU CPU ਇਸ ਲੈਵਲ ਦੇ ਉੱਤੇ ਪਹੁੰਚ ਗਏ ਸਾਰੇ ਬੱਚਿਆਂ ਨੂੰ ਪਤਾ ਹੁੰਦਾ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਯੈਸ ਕੰਪਿਊਟਰ ਦਾ ਬ੍ਰੇਨ ਹੈ ਵੀ ਇਸ CPU ਜਿਸ ਦੇ ਵਿੱਚ ਡਿਫਰੈਂਟ ਟਾਈਪ ਦੇ ਹਾਰਡਵੇਅਰ ਤੇ ਸੌਫਟਵੇਅਰ ਦੇ ਕੰਬਾਈਨਡ ਫਾਰਮੇਸ਼ਨ ਦੇ ਨਾਲ ਕੰਪਿਊਟਰ ਪ੍ਰੋਸੈਸ ਕਰਦਾ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਥੈਟ ਇਜ਼ CPU CPU ਤੋਂ ਬਾਅਦ ਨਾਲ ਹੀ ਹੈ ਤੁਹਾਡੇ ਸਾਹਮਣੇ ਅਰਥਮੈਟਿਕ ਲੌਜੀਕਲ ਯੂਨਿਟ ਥੈਟ ਇਜ਼ ALU ALU ਅਬ੍ਰੀਵੇਟਿਡ ਵਰਡ ਹੈ arithmetic logic unit alu ਕੰਮ ਕੀ ਕਰਦਾ ਹੈ alu ਪਰਫોર્ਮਸ ਸਿੰਪਲ ਐਡੀਸ਼ਨ ਸਬਟ੍ਰੈਕਸ਼ਨ ਮਲਟੀਪਲੀਕੇਸ਼ਨ ਡਿਵੀਜ਼ਨ ਐਂਡ ਲੌਜੀਕ ਆਪਰੇਸ਼ਨਸ ਸਚ ਐਸ ਆਪਰੇਸ਼ਨਲ ਰਿਸਰਚ ਤੁਹਾਡੇ ਸਾਹਮਣੇ cpu ਦੀ ਫਾਰਮੈਟ ਵੀ ਬਣੀ ਹੈ cpu ਦੇ ਵਿੱਚ ਹੀ alu ਦਾ ਪਾਰਟ ਹੈ ਇੱਕ ਕੰਟਰੋਲ ਯੂਨਿਟ ਇਸ ਤੋਂ ਇਲਾਵਾ ਇਹਦੇ ਵਿੱਚ ਮਦਰਬੋਰਡ ਡਿਫਰੈਂਟ ਟਾਈਪ ਦੇ ਜਿਹੜੇ ਆਡੀਓ ਕਾਰਡ ਵੀਡੀਓ ਕਾਰਡ ਸਾਰੇ ਸਾਡੇ CPU ਦੇ ਵਿੱਚ ਹੁੰਦੇ ਨੇ ਤੁਸੀਂ CPU ਦੀ ਜੇਕਰ ਸ਼ਕਲ ਦੇਖਣੀ ਹੈ ਆਪਾਂ ਹਰ ਰੋਜ਼ ਜੋ ਜਿੰਨੇ ਵੀ ਕੰਪਿਊਟਰ ਆਪਣੇ ਸਕੂਲਸ ਵਗੈਰਾ ਚ ਵੀ ਦੇਖਦੇ ਆਂ ਆਫਿਸਿਸ ਦੇਖਦੇ ਆਂ CPU ਦੇ ਫਾਰਮੈਟ ਤੁਹਾਡੇ ਸਾਹਮਣੇ ਬਣੀ ਹੋਈਆਂ ਨੇ ਇਸ ਤੋਂ ਇਲਾਵਾ CPU ਦੇ ਅੰਦਰ ਡਿਫਰੈਂਟ ਟਾਈਪ ਦੇ ਜਿਹੜੇ ਸੌਫਟਵੇਅਰ ਤੇ ਹਾਰਡਵੇਅਰ ਕੰਮ ਕਰਦੇ ਨੇ ਤਾਂ ਹੀ ਕੰਪਿਊਟਰ ਆਪਰੇਸ਼ਨਲ ਹੁੰਦਾ ਹੈ ਤੇ ਐਬ੍ਰਿਵੀਏਚਰ ਵਰਡ ਹੈ ALU ਅਰਥਮੈਟਿਕਲ ਲੌਜੀਕਲ ਯੂਨਿਟ ALU ਦੇ ਬਾਰੇ ਜਿਹੜੀ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਦਾ ਕਿ ਇਹਦੇ ਵਿੱਚ ਡਿਫਰੈਂਟ ਜਿਹੜੀ ਪ੍ਰੋਸੈਸਿੰਗ ਹੋਣੀ ਹੈ ਕੰਪਿਊਟਰ ਦੇ ਵਿੱਚ ਉਹ ALU ਦੇ ਦੁਆਰਾ ਹੀ ਹੁੰਦੀ ਹੈ ਜਿੱਥੇ ਡਿਫਰੈਂਟ ਟਾਈਪ ਦੇ ਜੜੀਆਂ ኦਪਰੇਸ਼ਨਲ ਰਿਸਰਚ ਇਸ ਤਰ੍ਹਾਂ ਐਡਿਸ਼ਨ ਸਬਟ੍ਰੈਕਸ਼ਨ ਮਲਟੀਪਲੀਕੇਸ਼ਨ ਡਿਵੀਜ਼ਨ ਤੇ ਲੌਜੀਕਲ ਆਪਰੇਸ਼ਨਸ ਆਪਰੇਟ ਕੀਤੇ ਜਾਂਦੇ ਨੇ ਵਿਦ ALU ਅਰਿਥਮੈਟਿਕ ਲੌਜੀਕਲ ਯੂਨਿਟ ਨੈਕਸਟ ਵਨ ਇਜ਼ CAM C A M ਕੰਪਿਊਟਰ ਐਡਰਡ ਮੈਨੂਫੈਕਚਰਿੰਗ ਧਿਆਨ ਨਾਲ CAM C A M ਕੰਪਿਊਟਰ एडेड मैन्युफैक्चरिंग ਇਹਦਾ ਨਾਮ ਹੀ ਦੱਸ ਰਿਹਾ ਕੈਮ ਦਾ ਯੂਜ਼ ਕੀ ਹੁੰਦਾ ਇਜ਼ ਅ ਯੂਜ਼ ਆਫ ਸੌਫਟਵੇਅਰ ਐਂਡ ਕੰਪਿਊਟਰ ਕੰਟਰੋਲ ਮਸ਼ੀਨਰੀ ਟੂ ਆਟੋਮੇਟਾ ਮੈਨੂਫੈਕਚਰਿੰਗ ਪ੍ਰੋਸੈਸ ਕਿਸੇ ਵੀ ਮੈਨੂਫੈਕਚਰਿੰਗ ਪ੍ਰੋਸੈਸ ਨੂੰ ਜਿੱਥੇ ਕੋਈ ਬੜੀ ਇੰਡਸਟਰੀ ਹੈ ਮੈਨੂਫੈਕਚਰਿੰਗ ਚੱਲ ਰਹੀ ਹੈ ਉਸ ਜਗ੍ਹਾ ਦੇ ਉੱਤੇ ਕਿਸੇ ਵੀ ਚੀਜ਼ ਨੂੰ ਆਟੋਮੈਟਿਕ ਵੇ ਦੇ ਵਿੱਚ ਮੈਨੂਫੈਕਚਰ ਕਰਨ ਦੇ ਵਿੱਚ ਉਹ ਕੰਪਿਊਟਰਾਈਜ਼ਡ ਸਿਸਟਮ ਐਡਾਪਟ ਕਰਦੇ ਆਂ दैट इज CAM ਕੰਪਿਊਟਰ ਐ𝕚ਡਡ ਮੈਨੂਫੈਕਚਰਿੰਗ ਉਸ ਪ੍ਰੋਸੈਸ ਨੂੰ ਅਸੀਂ CAM ਦੇ ਨਾਮ ਨਾਲ ਜਾਣਦੇ ਹਾਂ ਕੰਪਿਊਟਰ ਐ𝕚ਡਡ ਮੈਨੂਫੈਕਚਰਿੰਗ ਕਲੀਅਰ ਸਟੂਡੈਂਟਸ ਮਤਲਬ ਜੋ ਵੀ ਨਿਰਮਾਣ ਕਾਰਜ ਆਟੋਮੈਟਿਕ ਹੁੰਦੇ ਨੇ ਜਿਨ੍ਹਾਂ ਦੇ ਲਈ ਸੌਫਟਵੇਅਰ ਤੇ ਕੰਪਿਊਟਰ ਕੰਟਰੋਲਡ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਉਸ ਪ੍ਰੋਸੈਸ ਨੂੰ ਉਸ ਕਾਰਜ ਨੂੰ ਅਸੀਂ CAM ਦੇ ਨਾਮ ਨਾਲ ਜਾਣਦੇ ਹਾਂ ਇਸ ਤੋਂ ਬਾਅਦ ਹੈ RAM RAM ਰੈਂਡਮ ਐਕਸੈਸ ਮੈਮਰੀ ਰੈਂਡਮ ਐਕਸੈਸ ਮੈਮਰੀ 10th ਲੈਵਲ ਤੋਂ ਪਹਿਲਾਂ ਹੀ ਬੱਚਾ ਨੂੰ ਕਲੀਅਰ ਹੋ ਜਾਂਦੀ ਹੈ ਫਿਰ ਵੀ ਮੈਂ ਇੱਕ ਵਾਰੀ ਤੁਹਾਨੂੰ ਰਿਵਾਈਜ਼ ਕਰਵਾ ਦਾਂ ਬਰੀਫ ਦੇ ਵਿੱਚ ਇਹਦੀ ਜਿਹੜੀ ਐਬ੍ਰਿਵੀਏਸ਼ਨ ਹੈ RAM RAM ਫੁੱਲ ਫਾਰਮ ਕੀ ਬਣ ਗਈ ਰੈਂਡਮ ਐਕਸੈਸ ਮੈਮਰੀ RAM ਇਸ ਐਸੈਂਸ਼ੀਅਲੀ ਸ਼ਾਰਟ ਟਰਮ ਮੈਮਰੀ ਵੇਅਰ ਡਾਟਾ ਇਜ਼ ਸਟੋਰਡ ਐਜ਼ ਦਾ ਪ੍ਰੋਸੈਸਰ ਨੀਡਸ ਇਟ RAM ਇਸ ਵੋਲੇਟਾਈਲ ਮੈਮਰੀ ਥੈਟ ਟੈਂਪੋਰਰਲੀ ਸਟੋਰਸ ਅ ਫਾਈਲ ਯੂ ਆਰ ਵਰਕਿੰਗ ਔਨ ਟੈਂਪਰੇਰੀ ਮੈਮਰੀ ਹੈ ਵੀ ਰੈਮ ਜਦੋਂ ਕੰਪਿਊਟਰ ਕੰਮ ਕਰ ਰਿਹਾ ਹੁੰਦਾ ਹੈ ਉਸ ਦੌਰਾਨ ਉਹਦੇ ਜਿੰਨੇ ਵੀ ਪ੍ਰੋਸੈਸ ਚੱਲ ਰਹੇ ਨੇ ਉਹਨਾਂ ਨੂੰ ਉਸ ਪ੍ਰੋਸੈਸਿੰਗ ਪੀਰੀਅਡ ਦੇ ਦੌਰਾਨ ਜਦ ਤੱਕ ਕੰਪਿਊਟਰ ਆਪਰੇਸ਼ਨਲ ਹੈ ਉਹਨਾਂ ਨੂੰ ਸਟੋਰ ਕਰਨਾ ਜ਼ਰੂਰੀ ਹੈ ਤਾਂ ਹੀ ਪ੍ਰੋਸੈਸ ਪੂਰਾ ਹੋ ਪਾਂਦਾ ਹੈ ਉਸ ਟਾਈਮ ਮੈਮਰੀ ਦੇ ਜਿਸ ਫਾਰਮੈਟ ਨੂੰ ਯੂਜ਼ ਕੀਤਾ ਜਾਂਦਾ ਹੈ ਦੈਟ ਇਜ਼ ਟੈਂਪਰੇਰੀ ਮੈਮਰੀ ਟੈਂਪਰੇਰੀ ਮੈਮਰੀ ਕਿਸ ਨੂੰ ਕਹਿੰਦੇ ਨੇ ਰੈਮ ਨੂੰ ਰੈਂਡਮ ਐਕਸੈਸ ਮੈਮਰੀ ਰੈਂਡਮ ਐਕਸੈਸ ਮੈਮਰੀ ਤੁਸੀਂ ਆ ਦੇਖ ਰਹੇ ਹੋ ਉੱਪਰ ਤੁਹਾਡੇ ਇਹ ਲੇਅਰ ਸੇ ਇਸ ਤਰ੍ਹਾਂ ਦੀ ਇੱਕ ਚਿਪ ਹੁੰਦੀ ਹੈ ਜਿਸ ਦੇ ਵਿੱਚ ਡਿਫਰੈਂਟ ਜਿਹੜੀ ਰੈਮ ਦੀ ਕੈਪੈਸਿਟੀ ਆਉ ਡਿਫਰੈਂਟ ਹੋ ਸਕਦੀ ਹੈ ਕਿਸੇ ਕੰਪਿਊਟਰ ਦੇ ਨਹੀਂ ਕਿਸੇ ਚ ਦੇ ਨਹੀਂ ਡਿਪੈਂਡਸ ਕੰਪਿਊਟਰ ਦੀ ਜਿਹੜੀ ਪ੍ਰੋਸੈਸਿੰਗ ਹੈ ਬੇਸਿਕਲੀ ਉਹਦੀ ਸਪੀਡ ਹੈ ਜਿਹੜੀ ਕੰਪਿਊਟਰ ਤੇਜ਼ ਗਤੀ ਨਾਲ ਕੰਮ ਕਰ ਰਿਹਾ ਇਥੇ ਇੰਟਰਨੈਟ ਕਨੈਕਸ਼ਨ ਤੇ ਡਿਪੈਂਡ ਕਰਦਾ ਉਹ ਰੈਮ ਤੇ ਕੰਮ ਕਰਦਾ ਕਿਉਂਕਿ ਕੰਪਿਊਟਰ ਦੀ ਪ੍ਰੋਸੈਸਿੰਗ ਸਾਰੇ ਦੀ ਸਾਰੀ ਰੈਮ ਤੇ ਡਿਪੈਂਡ ਕਰਦੀ ਹੈ ਜਿੰਨੀ ਰੈਮ ਯਾਦਾ ਪ੍ਰੋਸੈਸਿੰਗ ਉਨੀ ਸਪੀਡ ਨਾਲ ਹੁੰਦੀ ਹੈ ਜੇ ਰੈਮ ਘਟਾ ਤਾਂ ਪ੍ਰੋਸੈਸਿੰਗ ਵੀ ਸਲੋ ਹੁੰਦੀ ਹੈ ਟੈਂਪਰੇਰੀ ਹੈ ਜੇ ਕੰਪਿਊਟਰ ਬੰਦ ਦਾ ਰੈਮ ਵੀ ਬੰ RAM ਵਰਕ ਜੋ ਉਸ سٹور ਹੋ ਰਿਹਾ ਸਿਰਫ ਉਸ ਟਾਈਮ ਕੰਮ ਹੁੰਦਾ ਹੈ ਮੰਨ ਲਓ ਤੁਸੀਂ 2+2 ਲਿਖਿਆ ਅੱਗੇ ਇਕੁਅਲ ਨਹੀਂ ਦਬਾਇਆ ਤੁਸੀਂ ਇਕੁਅਲ ਨੂੰ ਉਥੇ ਪ੍ਰੈਸ ਨਹੀਂ ਕੀਤਾ ਤਾਂ ਕੰਪਿਊਟਰ ਨੂੰ ਪਤਾ ਹੈ 2+2 ਤੁਸੀਂ ਉਥੇ ਕਰ ਚੁੱਕਿਓ ਔਨ ਕਰ ਉਹਨਾਂ ਨੂੰ ਕਲਿੱਕ ਕਰ ਚੁੱਕਿਓ ਐਂਟਰ ਕਰ ਚੁੱਕਿਓ ਇਕੁਅਲ ਹਜ਼ੇ ਤੁਸੀਂ ਐਂਟਰ ਕਰਨਾ ਹੀ ਸੀ ਇਸ ਤੋਂ ਬਾਅਦ ਨਾਲ ਦੀ ਨਾਲ ਲਾਈਟ ਚਲੀ ਗਈ ਤਾਂ 2+2 ਵੀ ਗਾਇਬ ਹੋ ਜਾਏਗਾ ਕਿਉਂਕਿ ਜਦੋਂ ਪ੍ਰੋਸੈਸ ਚੱਲ ਰਿਹਾ ਸੀ ਉਹ RAM ਦੇ ਅੰਡਰ ਸਟੋਰ ਸੀ ਪ੍ਰੋਸੈਸਿੰਗ ਚੱਲ ਰਹੀ ਸੀ ਪਰ ਨਾਲ ਦੀ ਨਾਲ ਉਹ ਬੰਦ ਹੋ ਗਿਆ RAM ਰੈਂਡਮ ਐਕਸੈਸ ਮੈਮਰੀ ਕਲੀਅਰ RAM ਦੇ ਬਾਰੇ ਇੱਕ ਚੀਜ਼ ਤੁਹਾਨੂੰ ਇਹ ਵੀ ਦੱਸਾਂ ਜਾਣਕਾਰੀ ਇਸ ਤੋਂ ਬਾਅਦ RAM ਦੀ ਅੱਗੇ ਵੈਰਾਈਟੀਆਂ ਨੇ ਇਸ ਤਰ੍ਹਾਂ RAM ਐਂਡ DRAM ਐਸ ਐਸ ਸਟੈਟਿਕ ਰੈਂਡਮ ਐਕਸੈਸ ਮੈਮਰੀ ਸਟੈਟਿਕ RAM ਐਕਸੈਸ ਮੈਮਰੀ ਅੱਗੇ ਹੈ DRAM ਡਾਇਨਾਮਿਕ ਰੈਂਡਮ ਐਕਸੈਸ ਮੈਮਰੀ RAM ਦੀਆਂ ਕਿਸਮਾਂ ਨੇ ਸਟੂਡੈਂਟਸ ਡਿਟੇਲ ਦੇ ਵਿੱਚ ਜਦੋਂ RAM ਦੇ ਰਿਗਾਰਡਿੰਗ ਜਿਹੜੀਆਂ ਵੀਡੀਓਜ਼ ਇਸ ਚੈਨਲ ਤੇ ਨੇ ਉਹਨਾਂ ਦੇ ਵਿੱਚ ਡਿਸਕਸ ਕੀਤਾ ਹੋਇਆ ਹੈ फंडामेंटल ई बिजनेस के बेसिकली जो अं डिफरेंट हार्डवेयर एंड सॉफ्टवेयर करते हैं उसे डिटेल के इस कॉन्सैप्ट रिगार्डिंग हंट है मैमरी द ही टाइप है स्टैटिक रैम एंड डायनेमिक रैम स्टैटिक रैम एस रैम स्टैटिक रैंडम एक्सेस मैमरी डी रैम डायनेमिक रैंडम एक्सैस मैमरी नैक्सट वन रॉम रीड ओनली मैमरी रीड ओनली मैमरी ਇਜ਼ ਐਨ ਨਾਨ ਵੋਲਟਾਈਲ ਮੈਮਰੀ ਨਾਨ ਵੋਲਟਾਈਲ ਮੀਨਸ ਇਟ ਇਟਸ ਕੰਟੈਂਟਸ ਕਾਂਟ ਬੀ ਚੇਂਜਡ ਐਂਡ ਇਟ ਰੀਟੇਨ ਇਟਸ ਮੈਮਰੀ ਆਫਟਰ ਦਾ ਕੰਪਿਊਟਰ ਇਜ਼ ਟਰਨਡ ਆਫ ਇਹ ਪਰਮਨੈਂਟ ਮੈਮਰੀ ਹੈ ਕੰਪਿਊਟਰ ਦੀ ਕੰਪਿਊਟਰ ਜਿੰਨਾ ਵੀ ਸਟੋਰ ਕੀਤਾ ਜਾਂਦਾ ਤਾਂ ਕਿ ਆਉਣ ਵਾਲੇ ਟਾਈਮ ਤੇ ਅਸੀਂ ਦੁਬਾਰਾ ਦੇਖ ਸਕੀਏ ਉਹ ਰੈਮ ਚ ਨਹੀਂ ਹੁੰਦਾ ਰੈਮ ਚ ਪ੍ਰੋਸੈਸਿੰਗ ਹੁੰਦੀ ਹੈ ਰੋਮ ਚ ਸਟੋਰ ਹੁੰਦਾ ਟੈਂਪਰੇਰੀ ਮੈਮਰੀ ਰੈਮ ਹੁੰਦੀ ਹੈ ਪਰਮਨੈਂਟ ਮੈਮਰੀ ਰੋਮ ਹੈ ਥੈਟ ਇਜ਼ ਰੀਡ ਓਨਲੀ ਮੈਮਰੀ ਇਹਦੇ ਵਿੱਚ ਜੋ ਕੰਟੈਂਟਸ ਨੇ ਜੋ ਸਟੋਰ ਹੋ ਗਏ ਉਹ ਆਪਣੇ ਆਪ ਚੇਂਜ ਨਹੀਂ ਹੁੰਦੇ ਜਦ ਤੱਕ ਅਸੀਂ ਉਹਨਾਂ ਨੂੰ ਮੋਡੀਫਾਈ ਨਹੀਂ ਕਰਦੇ ਜੇ ਕੰਪਿਊਟਰ ਟਰਨ ਆਫ ਵੀ ਹੋ ਜਾਂਦਾ ਹੈ ਬੰਦ ਹੋ ਜਾਂਦਾ ਹੈ ਲਾਈਟ ਚਲੀ ਜਾਂਦੀ ਹੈ ਉਸ ਤੋਂ ਬਾਅਦ ਵੀ ਅਸੀਂ ਉਹਨਾਂ ਪ੍ਰੋਸੈਸਸ ਨੂੰ ਦੇਖ ਸਕਦੇ ਹਾਂ ਉਹ ਸਾਰੇ ਡਾਟਾ ਨੂੰ ਦੇਖਿਆ ਜਾ ਸਕਦਾ ਹੈ ਕਿਉਂਕਿ ਉਹ ਰੋਮ ਦੇ ਵਿੱਚ ਸਟੋਰ ਹੋ ਜਾਂਦੇ ਨੇ ਰੀਡ ਓਨਲੀ ਮੈਮਰੀ ਕਲੀਅਰ ਰੀਡ ਓਨਲੀ ਮੈਮਰੀ ਦੀ ਚਿਪ ਤੁਹਾਡੇ ਸਾਹਮਣੇ ਬਣੀ ਵੀ ਹੈ ਕੰਪਿਊਟਰ ਦੇ ਵਿੱਚ ਇਹਦੀ ਸਾਈਜ਼ ਦੇ ਅਕੋਰਡਿੰਗਲੀ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ ਨੈਕਸਟ ਵਨ ਇਜ਼ ਰੋਮ ਦੀਆਂ ਵੀ ਟਾਈਪਸ ਨੇ ਅੱਗੇ रीड मेमोरी मैमरी आर थ्री टाइप पी रोम ई प्रोम पहला प्रोम की है पी आर ओ एम प्रोग्रेमेबल रीड ओनली मैमरी प्रोग्रेमेबल रीड ओनली मैमरी ई प्रोम है इरेजेबल प्रोग्रामेबल रीड ओनली मैमरी ई प्रोम है इलेक्ट्रॉनिकली ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਇੱਕ ਇੱਕ ਜਿਹੜਾ ਲੈਟਰ ਵਧ ਰਿਹਾ ਤੁਸੀਂ ਦੇਖੋ ਪਹਿਲਾਂ ਪ੍ਰੋਮ ਹੈ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਈ ਪ੍ਰੋਮ ਦੇ ਵਿੱਚ ਈ ਦਾ ਇਰੇਜ਼ੇਬਲ ਬਣ ਗਿਆ ਪ੍ਰੋਮ ਦਾ ਸੇਮ ਵਰਡਸ ਨੇ ਈ ਈ ਪ੍ਰੋਮ ਦੇ ਵਿੱਚ ਇਲੈਕਟ੍ਰੋਨਿਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਇਹ ਰੋਮ ਦੀਆਂ ਡਿਫਰੈਂਟ ਟਾਈਪਸ ਨੇ ਸਟੂਡੈਂਟਸ ਰੋਮ ਦੇ ਵਿੱਚ ਕੀ ਕੀ ਆ ਜਾਂਦਾ ਪ੍ਰੋਮ ਈ ਪ੍ਰੋਮ ਐਂਡ ਈ ਈ ਪ੍ਰੋਮ ਕਲੀਅਰ ਉਸ ਤੋਂ ਬਾਅਦ ਮੈਮਰੀ ਨੂੰ ਜਿੱਥੇ ਅਸੀਂ ਡਿਸਕਸ ਕਰ ਚੁੱਕੇ ਹਾਂ ਡਾਟਾ ਨੂੰ ਸਟੋਰ ਕਰਨ ਦੇ ਲਈ ਡਿਫਰੈਂਟ ਟਾਈਪ ਦੇ ਐਕਸਟਰਨਲ ਜਿਹੜੇ ਡਿਵਾਈਸਸ ਨੇ ਉਹ ਵੀ ਯੂਜ਼ ਹੁੰਦੇ ਨੇ ਇੰਟਰਨਲ ਡਿਵਾਈਸਸ ਵੀ ਬਹੁਤ ਸਾਰੇ ਜਿੱਥੇ ਯੂਜ਼ ਹੁੰਦੇ ਨੇ ਉਹਨਾਂ ਡਿਵਾਈਸਸ ਦੇ ਬਾਰੇ ਅਸੀਂ ਗੱਲ ਕਰੀਏ ਜਿਦੇ ਵਿੱਚ ਸਭ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀਡੀ ਕੰਪੈਕਟ ਡਿਸਕ ਸੀਡੀ ਦੀ ਫੁੱਲ ਫਾਰਮ ਹੈ ਕੰਪੈਕਟ ਡਿਸਕ ਸੀਡੀ ਆਰ ਡਬਲ ਕੰਪੈਕਟ ਡਿਸਕ ਰੀਰਾਈਟੇਬਲ कंपैक्ट डिस्क जीडी सी डी होंगी है जिसके उत्ते अभी डाटा एक बार अपलोड करता दोबारा वह सीडी यूज नहीं होंगी उसकी सीडी कह रहे हैं रीराइटेबल जिथे अट कर सकते हैं डेटा सी डी आर है कंपैक्ट डिस्क रिकवरेबल रिकॉर्डेबल नॉट रिकवरेबल कंपैक्ट डिस्क रिकॉर्डेबल सी डी तो कॉम्पैक्ट डिस्क है आर डब्ल्यू है रीराइटेबल ਇਦੋਂ ਸੀ ਡੀ ਆਰ ਹੈ ਤਾਂ ਕੰਪੈਕਟ ਡਿਸਕ ਰਿਕਾਰਡੇਬਲ ਇਨ ਜਰਨਲ ਸਟੂਡੈਂਟਸ ਧਿਆਨ ਦਿਓ ਮੇਰੀ ਗੱਲ ਬੜੀ ਇੰਪੋਰਟੈਂਟ ਹੈ ਹੈ ਇਨ ਜਰਨਲ ਸੀ ਡੀ ਕੈਪੈਸਿਟੀ ਇਜ਼ 700 ਐਮ ਬੀ ਜਰਨਲੀ ਜੋ ਸੀ ਡੀ ਹੁੰਦੀ ਹੈ ਉਹਦੀ ਕੈਪੈਸਿਟੀ 700 ਐਮ ਬੀ ਤੱਕ ਹੁੰਦੀ ਹੈ ਮੈਗਾਬਾਈਟ ਜਿਸ ਨੂੰ ਕਹ ਰਹੇ ਹਾਂ ਅਸੀਂ ਡੀ ਵੀ ਡੀ ਡੀ ਵੀ ਡੀ ਦੀ ਫੁੱਲ ਫਾਰਮ ਹੈ ਐਬ੍ਰੀਵੀਏਟਰ ਫਾਰਮੇਸ਼ਨ ਹੈ ਡੀ ਵੀ ਡੀ ਉਹਦੀ ਫੁੱਲ ਫਾਰਮ ਬਣ ਗਈ ਡਿਜੀਟਲ ਵਰਸਟਾਈਲ ਡਿਸਕ D ਤੋਂ digital V ਤੋਂ versatile D ਤੋਂ disk DVD DVD ਦੀ ਜੋ ਸਟੋਰੇਜ ਕੈਪੈਸਿਟੀ ਹੈ ਉਹ ਜ਼ਿਆਦਾ ਹੁੰਦੀ ਹੈ ਜਨਰਲੀ ਜੋ DVD ਦੀ ਕੈਪੈਸਿਟੀ ਹੈ 4.7 GB ਹੁੰਦੀ ਹੈ 4.7 GB ਉਸ ਤੋਂ ਬਾਅਦ ਹੈ HDD HDD ਵੀ ਇਹਨੂੰ ਕਹਿ ਸਕਦੇ ਹਾਂ ਸੀ ਹਾਰਡ ਡਿਸਕ ਔਰ ਹਾਰਡ ਡਿਸਕ ਡਰਾਈਵ ਤੁਹਾਨੂੰ ਇਹ ਵੀ ਪਤਾ ਹੋਵੇਗਾ ਸਟੂਡੈਂਟਸ ਜੋ CD DVD ਇਹ ਦੋਨੋਂ ਐਕਸਟਰਨਲ ਸਟੋਰੇਜ ਡਿਵਾਈਸਸ ਨੇ ਜਿਨ੍ਹਾਂ ਚ ਡਾਟਾ ਸਟੋਰ ਕਰਕੇ ਰੱਖਿਆ ਜਾਂਦਾ ਕੋਈ ਗਾਣੇ ਕੋਈ ਫਿਲਮ ਕੋਈ ਫਾਈਲ ਦਾ ਡਾਟਾ ਕੁਝ ਵੀ ਹੋ ਸਕਦਾ ਜਿਹੜੀ ਐਚ ਡੀ ਡੀ ਹੈ ਹਾਰਡ ਡਿਸਕ ਡਰਾਈਵ ਇਹ ਇਨ ਲਾਰਜ ਡਾਟਾ ਨੂੰ ਸਟੋਰ ਕਰਨ ਦੇ ਲਈ ਡਿਪੈਂਡ ਕਰਦਾ ਦੀ ਕੈਪੈਸਿਟੀ ਕਿੰਨੀ ਹੈ ਤੁਸੀਂ ਹਾਰਡ ਡਿਸਕ ਕਿੰਨੇ ਜੀਬੀ ਦੀ ਲਈ ਹੈ ਡਿਪੈਂਡਸ ਅਪਨ ਯੂ ਹਾਰਡ ਡਿਸਕ ਇੰਟਰਨਲ ਵੀ ਹੋ ਸਕਦੀ ਹੈ ਤੇ ਐਕਸਟਰਨਲ ਵੀ ਹੋ ਸਕਦੀ ਹੈ ਡਾਟਾ ਨੂੰ ਤੁਸੀਂ ਸਟੋਰ ਕਰਕੇ ਪਰਮਨੈਂਟ ਕਿਤੇ ਬਾਸ ਕਿਸੇ ਸਾਈਟ ਤੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਹਾਰਡ ਡਿਸਕ ਯੂਜ਼ ਕਰਦੇ ਹੋ ਹਾਰਡ ਡਿਸਕ ਡਰਾਈਵ ਜਿਸ ਨੂੰ ਅਸੀਂ ਐਚ ਡੀ ਹਾਰਡ ਡਿਸਕ ਕਹਿੰਦੇ ਆں ਕਲੀਅਰ ਏਸੀ ਸਟੋਰੇਜ ਡਿਵਾਈਸਸ ਡਿਫਰੈਂਟ ਟਾਈਪ ਦੇ ਇਸ ਤੋਂ ਬਾਅਦ ਸਟੂਡੈਂਟਸ ਗੱਲ ਕਰਦੇ ਆਂ ਅਸੀਂ ਇਸ ਤੋਂ ਬਾਅਦ ਅੱਗੇ ਵਧਦੇ ਹੋਏ ਇਹ ਡਿਫਰੈਂਟ ਟਾਈਪ ਦੀਆਂ ਉਹਦੀਆਂ ਪਿਕਚਰਸ ਨੇ ਇਹ ਸੀਡੀ ਹੈ ਤੁਹਾਡੇ ਸਾਹਮਣੇ ਡੀਵੀਡੀ ਹੈ ਫਾਰਮੇਸ਼ਨ ਦੇਖਣ ਦੇ ਵਿੱਚ ਇਸ ਤਰ੍ਹਾਂ ਦੀ ਹੁੰਦੀ ਹੈ ਇਸ ਤਰ੍ਹਾਂ ਸਟੂਡੈਂਟਸ ਜੋ ਹਾਰਡ ਡਿਸਕ ਡਰਾਈਵ ਹੈ ਉਹਦੀ ਫਾਰਮੇਸ਼ਨ ਜੋ ਇੰਟਰਨਲ ਜਾਂ ਐਕਸਟਰਨਲ ਹੁੰਦੀ ਹੈ ਉਹ ਦੇਖਣ ਦੇ ਵਿੱਚ ਇਸ ਤਰ੍ਹਾਂ ਦੀ ਹੁੰਦੀ ਹੈ ਤੁਹਾਡੀ ਇਨਫੋਰਮੇਸ਼ਨ ਦੇ ਲਈ ਤੁਹਾਡੀ ਇੱਥੇ ਡਿਸਪਲੇ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਨੈਕਸਟ ਐਬ੍ਰੀਵੀਏਸ਼ਨ ਵਰਡਸ ਦੇ ਬਲਵਾਦੇ OCR ਆਪਟੀਕਲ ਕੈਰੈਕਟਰ ਰਿਕੋਗਨਾਈਜ਼ ਆਪਟੀਕਲ ਕੈਰੈਕਟਰ ਰਿਕੋਗਨੀਸ਼ਨ ਇਹ ਡਿਫਰੈਂਟ ਟਾਈਪ ਦੇ ਜੋ ਕੈਰੈਕਟਰਸ ਵਰਡਸ ਨੇ ਉਨਾਂ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਇਸ ਦੀ ਅਹਿਮ ਭੂਮਿਕਾ ਹੁੰਦੀ ਹੈ ਆਪਟੀਕਲ ਕੈਰੈਕਟਰ ਰਿਕੋਗਨੀਸ਼ਨ ਦੀ ਸਟੂਡੈਂਟਸ ਜੋ OCR ਹੈ ਇਸ ਨੂੰ ਅਸੀਂ ਆਪਟੀਕਲ ਕੈਰੈਕਟਰ ਰਿਕੋਗਨੀਸ਼ਨ ਜਾਂ ਆਪਟੀਕਲ ਕੈਰੈਕਟਰ ਰੀਡਰ ਵੀ ਕਹਿੰਦੇ ਹਾਂ OCR ਇਸ ਅ ਰੀਡਰ ਲਾਈਕ ਇਨਪੁਟ ਡਿਵਾਈਸ ਵਿਚ ਇਜ਼ ਡਿਜ਼ਾਈਨ ਟੂ ਰੀਡ ਐਨੀ ਪ੍ਰਿੰਟਡ ਟੈਕਸਟ ਕੋਈ ਵੀ ਪ੍ਰਿੰਟਡ ਟੈਕਸਟ ਹੈ ਵੱਡੀ ਮਾਤਰਾ ਦੇ ਵਿੱਚ ਨੇ ਕੋਈ ਆਨਸਰ ਸ਼ੀਟਸ ਨੇ ਉਸ ਨੂੰ ਪੜਨ ਦੇ ਲਈ ਡਿਫਰੈਂਟ ਟਾਈਪ ਦੇ ਡਾਟਾ ਨੂੰ ਪੜਨ ਦੇ ਲਈ ਆਪਟੀਕਲ ਕੈਰੈਕਟਰ ਰਿਕੋਗਨੀਸ਼ਨ ਦਾ ਯੂਜ਼ ਕੀਤਾ ਜਾਂਦਾ ਹੈ ਸਟੂਡੈਂਟਸ ਕਲੀਅਰ ਆਪਟੀਕਲ ਕੈਰੈਕਟਰ ਰਿਕੋਗਨੀਸ਼ਨ ਇਸ ਤੋਂ ਬਾਅਦ ਨੈਕਸਟ ਹੈ ਐਨ ਆਈ ਸੀ ਨੈਟਵਰਕ ਇੰਟਰਫੇਸ ਕਾਰਡ ਨੈਟਵਰਕ ਇੰਟਰਫੇਸ ਕਾਰਡ ਇਹ ਤੁਹਾਡੇ ਸਾਹਮਣੇ ਉਹਦੀ ਪਿਕਚਰ ਹੈ ਇਹ ਨਟ ਵੀ ਇਨ ਨੈਟਵਰਕ ਇੰਟਰਫੇਸ ਕਾਰਡ ਦੀ ਸਟੂਡੈਂਟਸ ਜੋ NIC ਹੈ ਨੈਟਵਰਕ ਇੰਟਰਫੇਸ ਕਾਰਡ ਇਸ ਅ ਪੀਸ ਆਫ ਕੰਪਿਊਟਰ ਹਾਰਡਵੇਅਰ which allows computer to communicate over the network it allows users to connect to each other either by using cables or wirelessly انٹرコネક્ટ ਕਰਨ ਦੇ ਲਈ ਇੱਕ NIC ਪੀਸ ਆਫ ਕੰਪਿਊਟਰ ਹਾਰਡਵੇਅਰ ਹੈ ਜਿਸ ਦੀ ਵਰਤੋਂ ਕੀਤੀ ਜਾਂਦੀ ਹੈ एक केबल केबलैक्ट भी हो सकता है और वायरलैसली भी हो सकता है नैक्सट है स्टूडेंट वैप डबल्यू एपी वैप पॉइंट वैप की फुल फॉर्म है वायरलैस अक्सैस पॉइंट और वायरलैस एप्लीकेशन प्रोटोकॉल भी यूज किया जाता है अलग अलग ध्यान रखियो वैप वायरलैस अक्सैस पॉइंट वायरलैस एप्लीकेशन प्रोटोकॉल ਸਟੂਡੈਂਟਸ ਜੋ ਵੈਪ ਹੈ ਵਾਇਰਲੈਸ ਐਕਸਪੁਆਇੰਟ ਇਜ਼ ਅ ਡਿਵਾਈਸ ਥੈਟ ਕਨੈਕਟਸ ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸਸ ਟੂ ਫਾਰਮ ਅ ਵਾਇਰਲੈਸ ਨੈਟਵਰਕ ਪੁਲਿਸ ਸਟੇਸ਼ਨ ਹਨ ਮਿਲਟਰੀ ਵਾਲੇ ਡਿਫਰੈਂਟ ਟਾਈਪ ਦੀ ਜਿਹੜੀਆਂ ਗਵਰਨਮੈਂਟ ਏਜੰਸੀਜ਼ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਉਸ ਨਾਲ ਇੰਟਰਕਨੈਕਟ ਹੋਣ ਦੇ ਲਈ ਅੱਜਕਲہ ਪ੍ਰਾਈਵੇਟ ਏਜੰਸੀਜ਼ ਵੀ ਕਿਸੇ ਪੈਲੈਸਿਸ ਦੇ ਵਿੱਚ بڑے ਫੈਸਟੀਵਲਸ ਦੇ ਵਿੱਚ ਕੋਈ بڑا ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਉੱਥੇ ਵੈਪ ਦਾ ਯੂਜ਼ ਬਹੁਤ ਜ਼ਿਆਦਾ ਵੱਧ ਗਿਆ ਥੈਟ ਇਜ਼ ਵਾਇਰਲੈਸ ਐਕਸਪੁਆਇੰਟ ਜਿਸ ਦੇ ਨਾਲ वायरलेसली इंटरकनेक्ट ਕੀਤਾ ਜਾ ਸਕਦਾ ਹੈ ਕਮਿਊਨੀਕੇਟ ਕਰਨ ਦੇ ਲਈ ਇੱਕ ਦੂਸਰੇ ਨੂੰ ਕਲੀਅਰ ਇਸ ਤੋਂ ਬਾਅਦ ਅੱਗੇ ਵਧਦੇ ਐਮ ਆਈ ਸੀ ਆਰ ਦੇਖਣ ਚ ਮਾਈਕਰ ਲੱਗ ਰਿਹਾ ਹੈ दैट इज ਐਮ ਆਈ ਸੀ ਆਰ ਮੈਗਨੈਟਿਕ ਇנק ਕੈਰੈਕਟਰ ਰਿਕੋਗਨੀਸ਼ਨ ਮੈਗਨੈਟਿਕ ਇנק ਕੈਰੈਕਟਰ ਰਿਕੋਗਨੀਸ਼ਨ ਪਹਿਲਾ ਦੀ ਸ਼ਕਲ ਦੇਖੀਏ ਇਹ ਹੈ ਮੈਗਨੈਟਿਕ ਇנק ਕੈਰੈਕਟਰ ਰਿਕੋਗਨੀਸ਼ਨ ਇਹ ਜਰਨਲੀ ਤੁਸੀਂ ਦੇਖੋਗੇ ਬੈਂਕਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ Magnetic ink character recognition is a technology used to verify the legitimacy or the originality of paper documents especially checks special ink which is sensitive to magnetic field is used in the printing of certain characters on the original documents kisi bhi check de upte signatures nu kisi khas type de marks nu numbers nu ਇੱਕ ਸਪੈਸ਼ਲ ਇਨਕ ਦੇ ਨਾਲ ਜੇਕਰ ਪ੍ਰਿੰਟ ਕੀਤਾ ਗਿਆ ਉਸ ਨੂੰ ਆਈਡੈਂਟੀਫਾਈ ਕਰਨ ਦੇ ਲਈ ਕੋਈ ਫਰਾਡ ਤਾਂ ਨਹੀਂ ਹੋਇਆ ਡਾਕੂਮੈਂਟ ਦੀ ਓਰੀਜినੈਲਟੀ ਨੂੰ ਚੈੱਕ ਕਰਨ ਦੇ ਲਈ ਮਾਈਕਰ ਦਾ ਯੂਜ਼ ਹੁੰਦਾ ਹੈ ਮੈਗਨੇਟਿਕ ਇਨਕ ਕੈਰੈਕਟਰ ਰਿਕੋਗਨੀਸ਼ਨ ਬੈਂਕਸ ਦੇ ਵਿੱਚ ਤੁਸੀਂ ਦੇਖਦੇ ਹੋਗੇ ਚੈਕਸ ਹੁੰਦੇ ਨੇ ਚੈਕਸ ਦੇ ਉੱਤੇ ਜਿਵੇਂ ਜਸ ਤੁਹਾਡੇ ਇਨਫੋਰਮੇਸ਼ਨ ਲਈ ਮੈਂ ਦੱਸਿਆ ਕਿ ਇਹ ਚੈੱਕ ਹੈ ਮੰਨ ਲਓ ਇਸ ਦੇ ਉੱਪਰ ਇਹ ਜਿਹੜਾ ਕੋਡ ਹੈ نیچے ਦਿਖ ਰਿਹਾ ਹੈ ਇਹ ਐਮ ਆਈ ਸੀ ਆਰ ਕੋਡ ਹੈ ਐਮ ਆਈ ਸੀ ਆਰ ਕੋਡ ਇਸ ਨੂੰ ਅਸੀਂ ਆਮ ਆਪ ਨਾ ਪੜ ਕੇ ਉਸ ਜਿਹੜਾ MICR ਹੈ ম্যাগਨੇਟਿਕ ਇਨਕ ਕਰੈਕਟਰ ਰਿਕੋਗਨੀਸ਼ਨ ਉਸ ਦੇ ਡਿਵਾਈਸ ਦੇ ਵਿੱਚ ਅਸੀਂ ਇਹਨੂੰ ਇਨਪੁਟ ਕਰਾਂਗੇ ਤਾਂ ਇਹਨੂੰ ਆਇਡੈਂਟੀਫਾਈ ਕਰ ਲੇਗਾ ਵੈਦਰ ਦਾ ਡਾਕੂਮੈਂਟ ਇਜ਼ ओरिजिनल অর ਨਾਟ ਫੇਕ ਤਾਂ ਨਹੀਂ ਹੈ ਅਸਲੀ ਦਸਤਾਵੇਜ਼ ਅਸਲੀ ਅੱਖਰਾਂ ਦੀ ਪਛਾਣ ਕਰਨ ਲਈ MICR MICR ਦਾ ਯੂਜ਼ ਬਹੁਤ ਜ਼ਿਆਦਾ ਹੁੰਦਾ ਹੈ ਡਿਫਰੈਂਟ ਆਫਿਸਿਸ ਦੇ ਵਿੱਚ ਸਪੈਸ਼ਲੀ ਬੈਂਕ ਦੇ ਵਿੱਚ ਇਸ ਤੋਂ ਬਾਅਦ ਸਟੂਡੈਂਟਸ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਥੋੜੀ ਇੰਟਰਸਟਿੰਗ ਵੀ ਮੈਮਰੀ ਸਟੋਰੇਜ ਯੂਨਿਟਸ ਜੋ ਮੈਮਰੀ ਯੂਜ਼ ਹੁੰਦੀ ਆ ਅਸੀਂ ਜਨਰਲੀ ਜੀਬੀ ਐਮਬੀ ਦੀ ਗੱਲ ਕਰਦੇ ਆ ਉਹ ਇਹਨਾਂ ਨੂੰ ਬਰੀਫਲੀ ਦੇਖੀਏ ਸਭ ਤੋਂ ਪਹਿਲਾਂ ਕੇਬੀ ਕੇਬੀ ਦੀ ਜੋ ਫੁੱਲ ਫਾਰਮ ਹੈ ਐਬ੍ਰੀਵੀਏਸ਼ਨ ਵਰਡ ਹੈ ਕੇਬੀ ਕੇਬੀ ਦੀ ਜੋ ਫੁੱਲ ਫਾਰਮ ਹੈ ਸਟੂਡੈਂਟਸ ਧਿਆਨ ਰੱਖਿਓ ਉਹ ਹੈ ਕਿਲੋਬਾਈਟ ਕੇਬੀ ਕਿਲੋਬਾਈਟ ਬਾਈਟ ਵਰਡ ਇਜ਼ ਬਾਈਟ ਇ ਬਾਈਟ 1 ਕਿਲੋਬਾਈਟ ਜਿਹੜਾ 1 ਕੇਬੀ ਹੈ ਧਿਆਨ ਰੱਖਿਓ ਉਹ ਇਕੁਅਲ ਹੁੰਦਾ ਹੈ 1024 ਬਾਈਟ ਸੇ 1 किलोबाइट ਦੇ ਵਿੱਚ 1024 ਬਾਈਟਸ ਹੁੰਦੇ ਨੇ ਕਲੀਅਰ ਇਸ ਤੋਂ ਬਾਅਦ MB MB ਦੀ ਗੱਲ ਕਰੀਏ ਸਟੂਡੈਂਟਸ that is ਮੈਗਾਬਾਈਟ MB ਮੈਗਾਬਾਈਟ 1 ਮੈਗਾਬਾਈਟ ਦੇ ਵਿੱਚ 1024 ਕਿਲੋਬਾਈਟ ਹੁੰਦੇ ਨੇ ਕੰਟੀਨਿਉਟੀ ਦੇਖੋ 124 KB ਇਨ 1 ਮੈਗਾਬਾਈਟ ਉਸ ਤੋਂ ਬਾਅਦ ਉਸ ਤੋਂ ਵੱਡੀ ਯੂਨਿਟ ਆ ਜਾਂਦੀ ਹੈ ਸਟੋਰੇਜ ਮੈਮਰੀ ਦੀ ਇਹਨੂੰ ਮਾਪਣ ਦੇ ਲਈ ਸਟੋਰੇਜ ਜੋ ਮੈਮਰੀ ਹੈ ਉਹਦੀਆਂ ਯੂਨਿਟਸ ਦੇ ਵਿੱਚ ਉਹਨੂੰ ਮਾਪਣ ਦੇ ਲਈ ਨੈਕਸਟ ਯੂਨਿਟ ਆ ਜਾਂਦੀ ਹੈ ਜਿਵੇਂ ਅਸੀਂ ਆਮ weight ਨੂੰ ਆਪਣੇ ਲਈ ਗ੍ਰਾਮ, ਮਿਲੀਗ੍ਰਾਮ, ਕਿਲੋਗ੍ਰਾਮ ਯੂਜ਼ ਕਰਦੇ ਹਾਂ ਸਿਮਿਲਰਲੀ ਮੈਮਰੀ ਨੂੰ ਅਸੀਂ KB, MB, GB, TB, PB ਦੇ ਵਿੱਚ ਮੈਜ਼ਰ ਕਰਦੇ ਹਾਂ ਨੈਕਸਟ ਹੈ GB ਗੀਗਾਬਾਈਟ ਗੀਗਾਬਾਈਟ ਦੀ ਸ਼ਾਰਟ ਫਾਰਮੇਸ਼ਨ ਜਾਂ ਐਬ੍ਰਿਵੀਏਟਿਡ ਵਰਡ ਹੈ GB 1 GB 1024 MB ਇਹਦਾ ਮਤਲਬ ਇੱਕ MB 'ਚ 1024 KB ਸੀ ਇੱਕ GB ਦੇ ਵਿੱਚ 1024 MB ਹੁੰਦੇ ਨੇ ਉਸ ਤੋਂ ਬਾਅਦ TB ਟੈਰਾਬਾਈਟ ਟੈਰਾਬਾਈਟ ਇੱਕ ਟੈਰਾਬਾਈਟ ਹੈ ਜਿਹੜਾ ਉਹਦੇ ਵਿੱਚ 1024 ਜੀਬੀ ਹੁੰਦੇ ਨੇ ਇਹ 1024 ਡਿਜੀਟ ਯਾਦ ਰੱਖਿਓ ਕੇਬੀ ਐਮਬੀ ਜੀਬੀ ਟੀਬੀ ਬੀਬੀ ਕੰਟੀਨਿਟੀ ਹੈ ਨਾ ਸਾਰਿਆਂ ਦੇ ਵਿੱਚ ਸਭ ਤੋਂ ਵੱਡੀ ਯੂਨਿਟ ਕਿਹੜੀ ਹੈ ਇਸੋਂ ਪੀਬੀ ਫਿਰ ਉਸ ਤੋਂ ਛੋਟੀ ਟੀਬੀ ਫਿਰ ਜੀਬੀ ਫਿਰ ਐਮਬੀ ਫਿਰ ਕੇਬੀ ਉਸ ਤੋਂ ਬਾਅਦ ਟੀਬੀ ਤੋਂ ਬਾਅਦ ਨੈਕਸਟ ਗੱਲ ਗੱਲ ਆ ਜੇ ਪੀਬੀ ਪੈਟਾਬਾਈਟ ਪੈਟਾਬਾਈਟ ਪੀਬੀ ਦੇ ਨਾਲ ਅਸੀਂ ਐਬ੍ਰੀਵੇਟਡ ਕਰਦੇ 1 ਪੀਬੀ 124 ਟੀਬੀ ਹੁੰਦਾ ਹੈ this means ਇੱਕ ਜੋ ਪੈਟਾਬਾਈਟ ਹੈ ਉਸ ਦੇ ਵਿੱਚ 1024 ਟੈਰਾਬਾਈਟ ਹੁੰਦੇ ਨੇ ਸਟੂਡੈਂਟਸ ਇਟ ਰਿਵਰਸਲ ਵੀ ਕਰੀਏ 1024 ਪੀਬੀ 1024 ਟੀਬੀ ਕਿਹਦੇ ਬਰਾਬਰ ਹੈ 1 ਪੀਬੀ ਦੇ ਫਿਰ 1 ਟੀਵੀ ਦੇ ਬਰਾਬਰ ਹੈ 1024 ਜੀਬੀ ਦੇ 1 ਜੀਬੀ 1024 ਐਮਬੀ ਦੇ 1 ਐਮਬੀ 1024 ਕੇਬੀ ਦੇ ਤੇ 1 ਕੇਬੀ ਹੈ ਜਿਹੜਾ 1024 ਬਾਈਟਸ ਦੇ ਬਰਾਬਰ ਹੁੰਦਾ ਹੈ ਕਲੀਅਰ ਹੋ ਗਈ ਮੇਰੀ ਗੱਲ ਕਲੀਅਰ ਇਸ ਤੋਂ ਵੱਧ ਸਟੂਡੈਂਟਸ ਇਕਲ ਬੜੀ ਇੰਪੋਰਟੈਂਟ ਹੈ ਇਹਦੇ ਵਿੱਚ ਧਿਆਨ ਰੱਖੋ ਇਸ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜੋ ਬਾਈਟ ਹੈ ਬੀ ਵਾਈ ਟ ਬਾਈਟ ਕੀ ਹੈ ਯੂਨਿਟ ਆਫ ਇਨਫੋਰਮੇਸ਼ਨ ਥੈਟ ਕੈਨ ਰਿਪਰੈਜ਼ੈਂਟ ਵਨ ਆਈਟਮ ਇੱਕ ਆਈਟਮ ਨੂੰ ਰਿਪਰੈਜ਼ੈਂਟ ਕਰਦੀ ਹੈ ਬਾਈਟ ਸਚ ਐਜ਼ ਅ ਲੈਟਰ অর ਅ ਨੰਬਰ ਜਿਵੇਂ ਅਸੀਂ ਆਮ ਜਦੋਂ ਗਿਣਤੀ ਜਾਂ ਅਲਫਾਬੈਟ ਦੀ ਗੱਲ ਕਰਦੇ ਆ ਇੱਕ ਨੰਬਰ ਦਾ ਇੱਕੋ ਹੀ ਲੈਟਰ ਇਸੇ ਤਰ੍ਹਾਂ ਕੰਪਿਊਟਰ ਲੈਂਗੁਏਜ ਦੇ ਵਿੱਚ ਮੈਮਰੀ ਨੂੰ ਸਟੋਰ ਕਰਨ ਦੇ ਲਈ ਜੋ ਇੱਕ ਯੂਨਿਟ ਹੈ ਜੋ ਇੱਕ ਆਈਟਮ ਹੈ ਮੈਮਰੀ ਦੀ ਜੋ ਕੈਪੈਸਿਟੀ ਹੈ ਉਹਨੂੰ ਅਸੀਂ ਬਾਈਟ ਕਹਿੰਦੇ ਆ ਔਰ ਬਾਈਟ ਇਜ਼ ਯੂਸੂਅਲੀ ਮੇਡ ਆਫ ਅ ਸੀਰੀਜ਼ ਆਫ 8 ਸਮਾਲਰ ਯੂਨਿਟਸ ਇੱਕ ਬਾਈਟ 8 ਛੋਟੀਆਂ ਛੋਟੀਆਂ ਯੂਨਿਟਸ ਤੋਂ ਬਣਿਆ ਹੋਇਆ ਹੁੰਦਾ ਜਿਨ੍ਹਾਂ ਨੂੰ ਬਿਟਸ ਕਹਿੰਦੇ ਨੇ ਇਹਦਾ ਮਤਲਬ 8 ਬਿਟਸ ਨਾਲ ਇੱਕ ਬਾਈਟ ਬਣਦਾ ਹੈ ਧਿਆਨ ਰੱਖਿਓ ਇਹ ਬੜੀ ਇੰਪੋਰਟੈਂਟ ਇੰਟਰਸਟਿੰਗ ਇਨਫੋਰਮੇਸ਼ਨ ਹੈ ਸਟੂਡੈਂਟ ਆਓ ਅੱਗੇ ਵਧੀਏ ਬਿਟ एंड बाइट बारे गल करिए सब तो पहला बिट जरी डिजटरीप्यूटर जीरो वन जीरो, वान, वान, इस इस जीरो एंड और एंड एक्टिव स्टेट ऑफ कंपोनेंट इन इलेक्ट्रॉन इन इलेक्ट्रिक सर्कट जो बाइनरी नंबर ने बाइनरी डिजिट्स ने जीरो से वन ने जो बाइनरी डिजिट है जीरो है बिट कहने बिट ਸਾਫਟਵੇਅਰ ਡਿਵੈਲਪ ਕਰਨ ਦੇ ਲਈ ਜਿੰਨੇ ਵੀ ਸਾਫਟਵੇਅਰ ਡਿਵੈਲਪ ਹੁੰਦੇ ਨੇ ਉਥੇ ਬਾਈਨਰੀ ਨੰਬਰ ਹੀ ਯੂਜ਼ ਹੁੰਦੇ ਨੇ ਉਸ ਤੋਂ ਬਾਅਦ ਅ ਗਰੁੱਪ ਆਫ 4 ਬਿਟਸ ਇਜ਼ ਕਾਲਡ ਨਿਬਲ ਧਿਆਨ ਰੱਖੋ ਇਸ ਗੱਲ ਨੂੰ ਜਿਹੜੇ 4 ਬਿਟ ਮਿਲਾ ਦਈਏ ਜੇਕਰ ਅਸੀਂ ਤਾਂ ਉਹਦੇ ਨਾਲ ਕੀ ਬਣ ਜਾਂਦਾ ਇੱਕ ਨਿਬਲ ਅ ਗਰੁੱਪ ਆਫ 4 ਬਿਟਸ ਇਜ਼ ਕਾਲਡ ਨਿਬਲ ਅਗੇ ਬਾਈਟ ਦੀ ਗੱਲ ਕਰੀਏ ਗਰੁੱਪ ਆਫ 8 ਬਿਟਸ ਇਜ਼ ਕਾਲਡ ਬਾਈਟ ਇਹ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ 8 ਬਾਈਟਸ 8 ਬਿਟਸ ਨੂੰ ਮਿਲਾ ਕੇ ਇੱਕ ਬਾਈਟ ਬਣਦਾ ਹੈ so bit is the jo byte hai b y t e byte is the smallest unit which can represent a data item, data item or a character bit te nibble de naal koi data create hunda hai aapas mila ke ta pehli jehdi sab ton choti unit create hundi hai bit te nibbles de formation de naal bits nu no, mila ke oh ik unit jehdi smallest unit create hundi onu no? asi byte kande hai clear students is gal de vich ਰੱਖ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਬੜਾ ਇੰਟਰਸਟਿੰਗ ਕਨਸੈਪਟ ਵੀ ਹੈ ਮੈਮਰੀ ਦੇ ਰਿਗਾਰਡਿੰਗ ਕੰਪਿਊਟਰ ਦੀ ਮੈਮਰੀ ਦੇ ਰਿਗਾਰਡਿੰਗ ਬੜਾ ਇੰਟਰਸਟ ਕਨਸੈਪਟ ਹੈ ਬਾਈਟ ਕੀ ਹੈ ਇਸ ਤੋਂ ਇਲਾਵਾ ਇਹ ਤੁਹਾਨੂੰ ਮੈਂ ਪਿਕਚਰਜ਼ ਦੇ ਵਿੱਚ ਵੀ ਸ਼ੋ ਕੀਤਾ ਹੈ ਇੱਥੇ 1 ਮੰਨ ਲਓ ਹੈ ਇੱਕ ਬਿਟ ਉਸ ਤੋਂ ਬਾਅਦ ਜੇ ਚਾਰ ਮਿਲਾ दिए ਤਾਂ ਨਿਬਲ ਬਣ ਗਿਆ ਜੇ 8 ਮਿਲ ਗਿਆ ਤਾਂ ਕੀ ਬਣ ਗਿਆ ਬਾਈਟਸ ਉਸ ਤੋਂ ਬਾਅਦ ਅਗਲਾ ਹੈ ਯੂਪੀਐਸ ਅਨ ਇੰਟਰਪਟਡ ਪਾਵਰ ਸਪਲਾਈ ਨਿਰਵਿਗਨ ਬਿਜਲੀ ਸਪਲਾਈ ਅਨ ਇੰਟਰਪਟਡ ਪਾਵਰ ਸਪਲਾਈ ਕੰਪਿਊਟਰ ਦੇ نیچے ਇੱਕ ਤੁਸੀਂ ਦੇਖਿਆ ਹੋਵੇਗਾ ਇਕ ਯੂਪੀਐਸ ਲੱਗਿਆ ਹੋਇਆ ਹੁੰਦਾ ਯੂਪੀਐਸ ਅਨ ਇੰਟਰਪਟਿਡ ਪਾਵਰ ਸਰਪਲਾਈ ਇਹਦਾ ਫੰਕਸ਼ਨ ਦੱਸ ਰਿਹਾ ਕਿ ਅਗਰ ਲਾਈਟ ਚਲੀ ਜਾਵੇ ਕੁਝ ਦੇਰ ਤੱਕ ਡਾਟਾ ਸਾਡਾ ਪ੍ਰੋਸੈਸਿੰਗ ਚ ਹੈ ਸਾਰਾ ਕੁਝ ਖਤਮ ਨਾ ਹੋ ਜਾਏ ਪ੍ਰੋਸੈਸਿੰਗ ਚੱਲਦੀ ਰਹੇ ਅਸੀਂ ਆਪਣੇ ਕੰਮ ਨੂੰ ਪੂਰਾ ਕਰ ਦਈਏ ਕੰਪਿਊਟਰ ਆਫ ਨਾ ਹੋਵੇ ਇੱਕਦਮ ਮੇਨ ਪਾਵਰ ਤੋਂ ਇਸ ਕਰਕੇ ਕੁਝ ਦੇਰ ਦੇ ਲਈ ਜਿਹੜੀ ਸਾਰੇ ਕੰਪਿਊਟਰ ਸਿਸਟਮ ਨੂੰ ਬਿਜਲੀ ਦੀ ਸਪਲਾਈ ਬਣੀ ਰਹੇ ਤਾਂ ਯੂਪੀਐਸ ਦੀ ਵਰਤੋਂ ਕੀਤੀ ਜਾਂਦੀ ਹੈ ਅਨ ਇੰਟਰਪਟਡ ਪਾਵਰ ਸਪਲਾਈ ਅਨ ਇੰਟਰਪਟਡ ਪਾਵਰ ਸਪਲਾਈ ਯੂਪੀਐਸ ਤੁਸੀਂ ਦੇਖਿਆ ਹੋਊਗਾ ਇਸ ਤਰ੍ਹਾਂ ਦਾ ਆਮ ਤੌਰ ਤੇ ਪੀਸੀ ਦੇ ਨਾਲ ਅਟੈਚ ਹੁੰਦਾ ਹੈ ਉਸ ਤੋਂ ਬਾਅਦ ਹੈ ਵੀਡੀਯੂ ਵਿਜ਼ੂਅਲ ਡਿਸਪਲੇ ਯੂਨਿਟ ਵਿਜ਼ੂਅਲ ਡਿਸਪਲੇ ਯੂਨਿਟ ਜਿਸ ਦੇ ਉੱਪਰ ਕੰਪਿਊਟਰ ਦਾ ਜਿਹੜਾ ਇੱਕਾ ਜਿਹਾ ਡਿਵਾਈਸ ਜਿਸ ਤੇ ਕੰਪਿਊਟਰ ਦਾ ਆਉਟਪੁੱਟ ਪੇਸ਼ ਕੀਤਾ ਜਾਂਦਾ ਹੈ ਇੱਕ ਤਰ੍ਹਾਂ ਦਾ ਮੋਨੀਟਰ ਹੈ ਕੰਪਿਊਟਰ ਦਾ ਧਿਆਨ ਸਮਝ ਲੱਗਿਆ ਵੈਰੀ ਗੁੱਡ ਮੋਨੀਟਰ ਵੀ ਅਸੀਂ ਵਿਜ਼ੂਅਲ ਡਿਸਪਲੇ ਯੂਨਿਟ ਕਹਿ ਸਕਦੇ ਹਾਂ سٹینڈز فار ویژول ڈسپلے یونٹ وی ڈی یو ڈسپلےز دی امیجز جنریٹڈ بائی کمپیوٹر اور ادر الکترونک ڈیوائس کسے دوارا بھی جو پکچرز یا وی ڈیٹا ڈسپلے کرنا ہوندا ہے وہ جڑا وی ڈی یو دے اوپر ہوندا ہے ویژول ڈسپلے یونٹس دے اوپر تواڈے سامنے ڈیفرنٹ میں ویڈیوز دکھائے نے ویژول ڈسپلے یونٹس اے تواڈے سامنے ایکسپریس کیے گئے نے اس کل بڑے خوبصورت جڑے وی ڈی یو ان لگے اس تو بعد ہے سی آر ٹی کیتھوڈ ری ٹیوب ویکوم ٹیوب ڈسپلے ٹیکنالوجی ہے ਜਿਹੜਾ ਕੈਥੋਡ ਰੇ ਟਿਊਬ ਹੈ ਇਹ ਵੀ ਇੱਕ ਵਿਜ਼ੂਅਲ ਡਿਸਪਲੇ ਯੂਨਿਟ ਹੀ ਹੁੰਦਾ ਬਟ ਇਹ ਪੁਰਾਣੇ ਟਾਈਪ ਦੇ ਜਿਹੜੇ ਸਾਡੇ ਕੋਲ ਵਿਜ਼ੂਅਲ ਡਿਸਪਲੇ ਯੂਨਿਟ ਸੀ ਉਹ ਸੀਆਰਟੀ ਟੈਕਨੋਲੋਜੀ ਦੇ ਉੱਤੇ ਬੇਸਡ ਹੁੰਦੀ ਕੈਥੋਡ ਰੇ ਟਿਊਬ ਟੈਕਨੋਲੋਜੀ ਤੇ ਬੇਸਡ ਹੁੰਦੇ ਸੀ stands for ਕੈਥੋਡ ਰੇ ਟਿਊਬ ਸੀਆਰਟੀ ਸੀਆਰਟੀ ਇਸ ਆ ਟੈਕਨੋਲੋਜੀ ਯੂਜ਼ਡ ਇਨ ਟ੍ਰੈਡੀਸ਼ਨਲ ਕੰਪਿਊਟਰ ਮੋਨਿਟਰ অর ਟੀਲੀਵੀਜ਼ਨ ਉਹ ਪੁਰਾਣੇ ਜਿਹੜੇ ਤੁਸੀਂ ਦੇਖਿਆ ਹੋਇਆਗਾ ਥੋੜੇ ਸਾਈਜ਼ ਦੇ ਵਿੱਚ ਵੱਡੇ ਚੋੜੇ ਜਿਹੜੇ ਇਹ ਕੰਪਿਊਟਰ ਦੇ ਮੋਨੀਟਰਸ ਹੁੰਦੇ ਸੀ ਉਹ ਉਹਨਾਂ ਦੇ ਵਿੱਚੋਂ ਟੈਕਨੋਲੋਜੀ ਯੂਜ਼ ਹੁੰਦੀ ਸੀ ਉਹ ਤੁਸੀਂ ਕੈਥੋਡ ਰੇ ਟਿਊਬ ਟੈਕਨੋਲੋਜੀ ਯੂਜ਼ ਹੁੰਦੀ ਸੀ ਤੁਹਾਡੇ ਸਾਹਮਣੇ ਇਹ ਅੱਜ ਕੱਲ ਦੇ ਐਲ ਸੀ ਡੀ ਨੇ ਤੇ ਲੈਫਟ ਸਾਈਡ ਤੇ ਤੁਸੀਂ ਦੇਖ ਰਹੇ ਹੋ ਸੀ ਆਰਟੀ ਸੀ ਆਰਟੀ ਦੇ ਵਿੱਚ ਕੈਥੋਡ ਰੇਟਿਵ ਯੂਜ਼ ਕੀਤੀ ਹੁੰਦੀ ਹੈ ਕੈਥੋਡ ਰੇ ਟਿਊਬ ਦੇ ਵਿੱਚ ਇੰਟਰਨਲ ਫੰਕਸ਼ਨ ਕਿਹੋ ਜਿਹਾ ਹੈ ਮੈਂ ਉਹ ਦਿਖਾਇਆ ਹਾਂ ਇਹ ਕੈਥੋਡ ਰੇ ਟਿਊਬ ਹੈ ਤੁਹਾਡੇ ਸਾਹਮਣੇ ਅੰਦਰੋਂ ਸੀ ਆਰਟੀ ਦੀ ਜੋ ਪੁਰਾਣੇ ਸਾਡੇ ਮੋਨੀਟਰ ਹੁੰਦੇ ਸੀ ਇਹਦਾ ਫੰਕਸ਼ਨ ਕਿਸ ਤਰ੍ਹਾਂ ਹੁੰਦਾ ਹੈ ਤੁਹਾਡੇ ਸਾਹਮਣੇ ਉੱਪਰ ਦਿਖਾਇਆ ਗਿਆ ਹੈ ACRT ਦਾ ਕਿ ਹੀਟਿੰਗ ਫਿਲਾਮੈਂਟ ਦੇ ਵਿੱਚੋਂ ਇਥੋਂ ਇਹ ਜਿਹੜੀ ਕੈਥੋਡ ਰੇਜ਼ ਨੇ ਰੇ ਪਾਈਆਂ ਜਾਂਦੀਆਂ ਨੇ ਤੇ ਸਾਡੇ ਸਾਹਮਣੇ ਡਾਟਾ ਹੈ ਜਿਹੜਾ ਉਹ ডিসਪਲੇ ਹੋ ਜਾਂਦਾ ਹੈ ਫਰੰਟ ਸਕਰੀਨ ਦੇ ਉੱਤੇ ਉਸ ਤੋਂ ਬਾਅਦ ਹੈ USB ਯੂਨੀਵਰਸਲ ਸੀਰੀਅਲ ਬੱਸ USB ਕਾ ਅਬ੍ਰੀਵੀਏਟਡ ਵਰਡ ਹੈ ਯੂਨੀਵਰਸਲ ਸੀਰੀਅਲ ਬੱਸ ਯੂਨੀਵਰਸਲ ਸੀਰੀਅਲ ਬੱਸ ਕੀ ਹੈ ਦੀ ਸ਼ਕਲ ਤੁਸੀਂ ਦੇਖ ਚੁੱਕੇ ਹੋ ਇਸ ਤੋਂ ਬਾਅਦ ਯੂਨੀਵਰਸਲ ਸੀਰੀਅਲ ਬੱਸ ਇਕ ਉਦਯੋਗਿਕ ਮਾਨਕ ਹੈ ਪੈਮਾਨਾ ਹੈ ਜੋ ਕੰਪਿਊਟਰ ਪੈਰੀਫੇਰਲਾਂ ਤੇ ਹੋਰ ਕੰਪਿਊਟਰਾਂ ਵਿਚਕਾਰ ਕਨੈਕਸ਼ਨ ਸੰਚਾਰ ਤੇ ਬਿਜਲੀ ਸਪਲਾਈ ਕੇਬਲ ਕਨੈਕਟਰ ਤੇ ਪ੍ਰੋਟੋਕਾਲ ਦੇ ਲਈ ਵਿੱਚ ਆਪਸੀ ਕਨੈਕਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਹੈ A ਪੀਸ ਆਫ ਇਕਵਿਪਮੈਂਟ ਦੈਟ ਇਜ਼ ਕਨੈਕਟਡ ਟੂ ਅ ਕੰਪਿਊਟਰ ਜਿਸ ਨਾਲ ਅਸੀਂ ਕੰਪਿਊਟਰ ਇੱਕ ਦੂਸਰੇ ਨਾਲ ਅਟੈਚ ਕਰ ਸਕਦੇ ਹਾਂ ਤੁਹਾਡੇ ਸਾਹਮਣੇ ਯੂਐਸਬੀ ਦਿਖ ਰਿਹਾ ਹੈ ਯੂਨੀਵਰਸਲ ਸੀਰੀਅਲ ਬੱਸ ਦੈਟ ਇਜ਼ ਅ ਫੁੱਲ ਫਾਰਮ ਆਫ ਯੂਐਸਬੀ USB ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆ ਇਸ ਤਰ੍ਹਾਂ ਦਾ USB ਹੈ ਅਸੀਂ ਕੋਈ ਵੀ ਚੀਜ਼ ਇੰਟਰਕਨੈਕਟਡ ਕਰਨੀ ਹੈ ਤਾਂ USB ਦਾ ਯੂਜ਼ ਕੀਤਾ ਜਾਂਦਾ ਹੈ ਯੂਨੀਵਰਸਲ ਸੀਰੀਅਲ ਬੱਸ ਨੈਕਸਟ ਵਨ ਇਜ਼ ਕੁਝ ਹੋਰ ਇੰਪੋਰਟੈਂਟ ਐਬ੍ਰੇਵੀਏਸ਼ਨ FEB ਨਾਲ ਰਿਲੇਟਡ ਅਸੀਂ ਐਬ੍ਰੇਵੀਏਸ਼ਨ ਕਰ ਚੁੱਕੇ ਹਾਂ ਕੁਝ ਹੋਰ ਇੰਟਰਸਟਿੰਗ ਪਲੱਸ 2 ਲੈਵਲ ਦੇ ਉੱਤੇ ਜਦੋਂ ਅਸੀਂ ਜਾ ਰਹੇ ਹਾਂ ਕੁਝ ਐਬ੍ਰੇਵੀਏਸ਼ਨ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਬੱਚੇ ਜਨਰਲੀ ਉਹਨਾਂ ਚੋਂ ਕਈ ਵਾਰੀ ਉਹਨਾਂ ਨੂੰ ਨਹੀਂ ਸਿੱਖ ਪਾਉਂਦੇ ਤੇ ਬੜਾ ਕਈ ਵਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਲੈਟਸ ਸੀ ਐਂਡ ਲਰਨ ਸਮ ਮੋਰ ਐਬ੍ਰੇ abbreviations cbse bada easy hai the central board of secondary education pscb punjab school education board icse the indian certificate of secondary education hai as kal tin different type de boards ne jehde sade desh de vich state wise ya country wise jehde board diyan jehde exam eh lende ne cbse hai central board of secondary education pscb hai punjab school education board icse hai the indian certificate of secondary एजुकेशन क्लीयर स्टूडेंट तो इलावा बड़ी इंपोर्टेंट कुछ जोड़ी तो एजुकेशन है दी डिफरेंट टाइप के जो डिग्रीज ने फॉर्म तो दस दिए बी कॉम बैचलर ऑफ कॉमर्स बी बी ए दैचलर ऑफ बिजनेस एडमिनिस्ट्रेशन एम कॉम मास्टर ऑफ कॉमरस एम बी ए मास्टर ऑफ बिजनेस एडमिनिस्ट्रेस एल एल बी बैचलर ऑफ लॉ देखिए सोच रहे हो गए बैचलर ऑफ लॉ देखा बी एल आ है फिर एल एल बी क्यों है ਐਕਚੁਅਲੀ ਵਰਡ ਹੈ ਲੈਗਮ ਬੈਕਲੋਰਸ ਲੈਗਮ ਬੈਕਲੋਰਸ ਇਹ ਜਿਹੜਾ ਲੈਗਮ ਬੈਕਲੋਰਸ ਹੈ ਜਿਸਦਾ ਮਤਲਬ ਹੈ ਬੈਚਲਰ ਆਫ ਲਾ ਇਹ ਸਾਡੇ ਕੋਲ ਲਾਟਿਨ ਲੈਂਗੁਏਜ ਦਾ ਵਰਡ ਹੈ ਥੈਟ ਇਜ਼ ਲੈਗਮ ਬੈਕਲੋਰਸ ਜਿਸਦਾ ਇੰਗਲਿਸ਼ ਦੇ ਵਿੱਚ ਮੀਨਿੰਗ ਹੈ ਬੈਚਲਰ ਆਫ ਲਾ ਐਲ ਐਲ ਬੀ ਕਲੀਅਰ ਇਸ ਤੋਂ ਬਾਅਦ ਸਟੂਡੈਂਟਸ ਅੱਗੇ ਵਧਦੇ ਹੋਏ ਕੁਝ ਹੋਰ ਅਸੀਂ ਵਰਡਸ ਦੇ ਵੱਲ ਦੇਖੀਏ ਜਿਸ ਤੋਂ ਅਸੀਂ ਅੱਗੇ ਦੇਖ ਸਕਾਂਗੇ ਕਿ ਕਿਸ ਤਰ੍ਹਾਂ ਕੁਝ ਹੋਰ ਇੰਪੋਰਟੈਂਟ ਜਿਹੜੀ ਐਬ੍ਰੀਵੀਏਸ਼ਨ ਹੈ ਉਹ ਜਿਉਂ ਚੰਦ ਸੀਏ ਕਮਰਸ ਵਾਲਿਆਂ ਵਾਸਤੇ ਚਾਰਟਰਡ ਅਕਾਊਂਟੈਂਟ ਸੀਐਸ ਦਾ ਕੰਪਨੀ ਸੈਕਟਰੀ ਬੀਐਮਐਸ ਬੈਚਲਰ ਆਫ ਮੈਨੇਜਮੈਂਟ ਸਟੱਡੀਜ਼ ਇੱਕ ਨਵੀਂ ਡਿਗਰੀ ਹੈ ਡਿਫਰੈਂਟ ਕਾਲਜ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਤੋਂ ਸਟੂਡੈਂਟ ਏਸੀ ਡਿਫਰੈਂਟ ਟਾਈਪ ਦੀ ਐਬ੍ਰੀਵੀਏਟਿਡ ਵਰਡਸ ਮੈਂ ਜਾਣਨਾ ਵੀਡੀਓ ਥੋੜੀ ਲੰਬੀ ਬਣਗੀ ਬਟ ਇੰਪੋਰਟੈਂਟ ਇਨਫੋਰਮੇਸ਼ਨ ਹੈ ਡਿਫਰੈਂਟ ਚੈਪਟਰਸ ਦੇ ਵਿੱਚ ਜੋ ਸਟਾਰਟਿੰਗ ਦਾ ਐਫਈਵੀ ਦੇ ਬਾਰੇ ਥਿੰਚਾਰ ਕੰਟੈਂਟਸ ਨਾਲ ਰਿਲੇਟਡ ਚੈਪਟਰਸ ਨੇ ਉਹਨਾਂ ਦੇ ਵਿੱਚ ਇਹ ਸਾਰੇ ਡਿਫਰੈਂਟ ਜਿਹੜੀ ਐਬਰੀਵੇਟਡ ਵਰਡ ਯੂਜ਼ ਹੁੰਦੇ ਨੇ ਐਗਜ਼ਾਮ ਦੇ ਵਿੱਚ ਵੀ ਆਉਂਦੇ ਨੇ ਇਟਸ ਵੈਰੀ ਇੰਪੋਰਟੈਂਟ ਫਰਮ ਐਗਜ਼ਾਮ ਪੁਆਇੰਟ ਆਫ ਵੀਊ ਆਲਸੋ ਸੋ ਸਟੂਡੈਂਟਸ ਆਈ ਥਿੰਕ ਦਾ ਹੋਲ ਕਨਸੈਪਟ ਇਜ਼ ਕੁਆਇਟ ਕਲੀਅਰ ਵਰਡ ਆਫ ਥੈਂਕਸ ਐਂਡ ਕੀਪ ਇਨ ਟੱਚ ਹੇਅਰ ਔਨ ਜਾਣਕਾਰੀ ਹਿਤ ਫੋਰ ਮੋਰ ਐਂਡ ਮੋਰ ਵੀਡੀਓਜ਼ ਔਨ ਡਿਫਰੈਂਟ ਸਬਜੈਕਟ ਔਨ ਜਾਣਕਾਰੀ ਹਿਤ ਲਾਈਕ ਇਕਨੋਮਿਕਸ ਅਕਾਊਂਟੈਂਸੀ ਐਮਓਪੀ ਬਿਜ਼ਨਸ ਸਟੱਡੀਜ਼ ਐਫਏਵੀ ਮੋਟੀਵੇਸ਼ਨਲ ਐਂਡ ਸੋਸ਼ਲ ਕਨਸੈਪਟ ਐਸ ਵੈਲ ਹੇਅਰ ਸੋ ਥੈਂਕ ਯੂ ਵੈਰੀ ਮੱਚ ਇਹ ਵਾਲੀ ਵੀਡੀਓ ਨੂੰ ਆਰਾਮ ਨਾਲ ਦੇਖੋ ਦੂਸਰਿਆਂ ਨਾਲ ਸ਼ੇਅਰ ਕਰੋ ਤੇ ਆਉਣ ਵਾਲੀਆਂ ਵੀਡੀਓਜ਼ ਦਾ ਵੀ ਇੰਤਜ਼ਾਰ ਕਰੋ ਬਹੁਤ ਸਾਰੀਆਂ ਵੀਡੀਓਜ਼ ਆਲਰੇਡੀ ਚੈਨਲ ਤੇ ਨੇ ਉਹਨਾਂ ਨੂੰ ਵੀ ਦੇਖੋ ਟੇਲ ਦਾ ਐਂਡ ਥੈਂਕ ਯੂ ਵੈਰੀ ਮਚ